ਸਵਾਗਤ ਇੱਕ ਵਾਰ ਫੇਰ ਪੰਜਾਬ ਵੱਡਾ ਏਸ਼ੀਅਨ ਗੇਮ ਏਸ਼ੀਅਨ ਗੇਮਸ ਕਰ ਰਹਾ ਮੈਨੂੰ ਅੱਧੀਆਂ ਚੀਜ਼ਾਂ ਮਜ਼ਾਕ ਵਾਲੀ ਗੱਲ ਨਹੀਂ ਮੈਨੂੰ ਯਾਦ ਹੋ ਗਈਆਂ ਪੀਪੀਟੀ ਬਣਾਈ ਮੈਂ ਇੱਕ ਵਾਰ ਏਸ਼ੀਅਨ ਗੇਮਸ ਲਈ ਆ ਪੀਪੀਡੀ ਬਣਾਈ ਮੈਂ ਦੂਜੀ ਵਾਰ ਏਸ਼ੀਅਨ ਗੇਮਸ ਲਈ ਤੇ ਤੀਜੀ ਵਾਰ ਏਸ਼ੀਅਨ ਗੇਮਸ ਲੈ ਰਿਹਾ ਮੈਂ ਮਤਲਬ ਜਿਹੜਾ ਨਵੇਂ ਬੱਚਿਆਂ ਨੂੰ ਮੈਂ ਦੱਸ ਦਵਾ ਆਲਰੇਡੀ ਮੈਂ ਦੋ ਵਾਰ ਵੀਡੀਓਜ਼ ਬਣਾਈ ਤੀ ਸੀ ਕਿ ਇੱਕ ਚ ਸਟੈਟਿਕ ਜੀ ਕੇ ਕਰਾਇਆ ਸੀ ਇੱਕ ਚ ਕਰੰਟ ਅਫੇਅਰ ਕਰਾਇਆ ਸੀ ਉਹ YouTube ਨੇ ਕੋਆਪਰੇਟ ਕਰਕੇ ਵੀਡੀਓ ਹੀ ਚੱਕਤੀ ਫੇਰ ਉਹੀ ਗੱਲ ਮੇਲ ਮੇਲ ਖੜਨਾ ਪੈਂਦਾ ਉਹਨਾਂ ਨੂੰ ਇਹ ਮੇਲ ਭ ਤਾਜੀ ਜਿਹੜਾ ਕਲਾਸ ਇਹ ਦੇਖ ਚੁੱਕਾ ਹੈ ਰੀਸ਼ੀਨ ਗੇਮਸ ਬਾਰੇ ਉਹ ਦੁਬਾਰੇ ਦੇਖ ਲਵੇ ਕਿਉਂਕਿ ਮ제 ਮ제 ਤੇਰੀ ਹੋੜ ਨਹੀਂ ਬੱਚੇ ਰਿਵੀਜ਼ਨ ਤੇ ਜਿਹੜੇ ਪਹਿਲੀ ਵਾਰ ਦੇਖ ਰਹੇ ਥੋੜੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਨਾ ਸੋਚੋ ਕਿ ਸਰ ਮੈਂ ਤੇ ਰਿਕਾਰਡਡ ਦੇਖੂਗਾ ਤੇਜ਼ ਕਰਕੇ ਲਾਈਵ ਮੈਂ ਤਾਂ ਧੀਰੇ ਚਲਦੀ ਐ ਕਲਾਸ ਇੰਪੋਰਟੈਂਟ ਗੱਲਾਂ ਹੋਣਗੀਆਂ ਕਰਦੇ ਆ ਸ਼ੁਰੂਆਤ ਫਟਾਫਟ ਰੈਪਿਡ ਫਾਇਰ ਰੱਖਾਂਗੇ ਜ਼ਿਆਦਾ ਮੈਂ ਤੁਹਾਨੂੰ ਬੋਰ ਕਰਨ ਦਾ ਮੇਰਾ ਮੂਡ ਹੈ ਨਹੀਂ ਅੱਜ ਬੋਰ ਕਦੇ ਹੋਰ ਕਰਾਂਗੇ ਉਹ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰ ਹਰ ਮਾਦੇ ਸਵਾਗਤ ਹੈ ਸਾਰਿਆਂ ਦਾ ਪੰਜਾਬ ਵੱਡਾ 247 ਤੇ ਤਾਂ ਕੀ ਬਾਤ ਹੈ ਸੁਰਿੰਦਰ ਕੌਰ ਜੀ ਆ ਬਹੁਤ ਵਧੀਆ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆ ਆਰਾਮ ਜੀ ਕੀ ਬਾਤ ਹੈ ਜੀ ਤਾਂ ਇਹ ਸ਼ੁਰੂਆਤ ਕਰਦੇ ਆ ਜੀ ਕਲਾਸ ਦੀ ਫਟਾਫਟ 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 ਸਟੈਟਿਕ ਜੀ ਕੇ ਵੀ ਹੋਊਗਾ ਤੁਹਾਡੇ ਲਈ ਕਰੰਟ ਅਫੇਅਰ ਵੀ ਹੋਊਗਾ ਘੈਂਟ ਦੀ ਮਸਤੀ ਜੀ ਕਲਾਸ ਹੈ ਪਹਿਲਾ ਸਵਾਲ ਕਿਹੜੀ ਟੀਮ ਨੇ ਸਭ ਤੋਂ ਜ਼ਿਆਦਾ ਨੰਬਰ ਆਫ ਮੈਡਲਸ ਜਿੱਤੇ ਸਭ ਤੋਂ ਜ਼ਿਆਦਾ ਮੈਡਲ ਕਿਹਨੇ ਜਿੱਤੇ ਇਹਦੇ 'ਚ ਮੈਂ ਇਹ ਨਹੀਂ ਪੁੱਛਿਆ ਸਭ ਤੋਂ ਜ਼ਿਆਦਾ 골ਡ ਮੈਡਲ ਕਿਹਨੇ ਜਿੱਤੇ ਮੈਂ ਪੁੱਛਿਆ ਕਿ ਸਭ ਤੋਂ ਜ਼ਿਆਦਾ ਮੈਡਲ ਕਿਹਨੇ ਜਿੱਤੇ ਕਿਸੇ ਨੂੰ ਜਵਾਬ ਆਉਂਦਾ ਹੈ ਤਾਂ ਦੱਸੋ ਨਾ ਤਾਂ ਕੋਈ ਗੱਲ ਨਹੀਂ ਹੈ ਕੀ ਹੋ ਗਿਆ ਅੱਜ ਪਹਿਲੀ ਵਾਰ ਪੜ੍ਹ ਰਹੇ ਹਾਂ ਕਰ ਲਾਂਗੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਬੱਚੇ ਚਾਈਨਾ ਨੇ ਠੀਕ ਹੈ ਧਿਆਨ ਰੱਖਣਾ ਕਿਹਨੇ ਜਿੱਤੇ ਅੱਗੇ ਪੜ੍ਹਾਂਗੇ ਅਜੇ ਇੰਡੀਆ ਕਿੰਨੇ ਨੰਬਰ ਤੇ ਫਿਨਿਸ਼ ਕੀਤਾ ਇੰ ਇੰਡੀਆ ਨੇ ਅੱਜ ਤੱਕ ਦੀ ਆਪਣੀ ਹਿਸਟਰੀ ਦੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਨੇ ਇਹ ਤੋਂ ਪਹਿਲਾਂ ਅਸੀਂ 2018 ਵਿੱਚ ਜਿਹੜੀ ਇੰਡੋਨੇਸ਼ੀਆ 'ਚ ਹੋਇਆ ਸੀਗਾ ਉੱਥੇ ਅਸੀਂ 70 ਮੈਡਲ ਜਿੱਤੇ ਸੀਗੇ ਇਸ ਵਾਰ ਅਸੀਂ 107 ਮੈਡਲ ਜਿੱਤ ਲਏ ਤਾਂ ਇੰਡੀਆ ਦੀ ਰੈਂਕ ਕਿਹੜੀ ਆਈ ਹੈ ਇੰਡੀਆ ਆਇਆ ਚੌਥੇ ਨੰਬਰ ਤੇ ਅਗਲਾ ਹਾਊ ਮੈਨੀ 골ਡ ਮੈਡਲਸ ਡਿਡ ਇੰਡੀਆ ਵਿਨ 107 ਦਾ ਮੈਡਲ ਜਿੱਤਲੇ ਉਹਦੇ ਵਿੱਚੋਂ ਸੋਨੇ ਦੇ ਜਿਹੜੇ ਪਦਕ ਨੇ 골ਡ ਮੈਡਲਸ ਨੇ ਉਹ ਅਸੀਂ ਕਿੰਨੇ ਜਿੱਤੇ ਇਹ ਦੱਸੋ ਇਹ ਤੋਂ ਬਾਅਦ ਧਿਆਨ ਰੱਖਿਓ 745 ਤੇ ਤੁਹਾਡੇ ਲਈ ਸਾਰਿਆਂ ਲਈ ਸੈਸ਼ਨ ਹੈ ਜਿਹਦੇ ਵਿੱਚ ਅਸੀਂ ਜਿਹੜੇ ਪੰਜਾਬ ਦੇ ਐਥਲੀਟਸ ਗਏ ਨਾ ਉੱਥੇ ਉਹਨਾਂ ਬਾਰੇ ਗੱਲ ਕਰਾਂਗੇ ਕਿਉਂਕਿ ਪੰਜਾਬ ਕਰੰਟ ਅਫੇਅਰ ਕਹਿੰਦੇ ਹੋ ਨਾ ਉਹ ਪੰਜਾਬ ਕਰੰਟ ਅਫੇਅਰ ਬਣ ਰਿਹਾ ਠੀਕ ਹੈ ਪੰਜਾਬੀ ਜਿਹੜੇ ਗਏ ਉੱਥੇ ਗਏ ਸੀਗੇ 19 ਮੈਡਲ ਲੈ ਕੇ ਆਏ ਨੇ ਉਹਨਾਂ ਬਾਰੇ ਗੱਲ ਕਰਾਂਗੇ ਆਪਾਂ ਤਾਂ ਟੋਟਲ ਜਿੱਤੇ ਭਾਰਤ ਨੇ 28 ਖੁਸ਼ੀ ਵਾਲੀ ਗੱਲ ਹੈ ਪੰਜਾਬ ਵਿੱਚ ਇਥੋਂ 8 골ਡ ਮੈਡਲ ਪੰਜਾਬ ਦੇ ਆਏ ਨੇ 8 골ਡ ਮੈਡਲਸ ਇਹਦੇ ਚ ਪੰਜਾਬ ਤੋਂ ਆਏ ਨੇ ਤਾਂ ਜੀ ਇਹ ਸੀਗਾ ਜੀ ਇਸ ਵਾਰ ਦਾ ਵਿਅਵਹਾਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਪਣੇ ਸਭ ਤੋਂ ਜ਼ਿਆਦਾ 201 골ਡ ਮੈਡਲ ਮਤਲਬ ਇਹਦਾ ਇਹ ਇੰਨੇ ਤਾਂ ਸਾਡੇ ਟੋਟਲ ਮੈਡਲ ਵੀ ਹੈ ਨਹੀਂ ਟੋਟਲ 383 ਮੈਡਲ ਲਏਗਾ ਚਾਈਨਾ ਦੂਜੇ ਦਾ ਜਾਪਾਨ ਤੀਜੇ ਦਾ ਸਾਊਥ ਕੋਰੀਆ ਚੌਥੇ ਤੇ ਭਾਰਤ 28 gold 38 silver 41 bronze ਤੇ total 107 ਤੇ 5ਵੇਂ ਨੰਬਰ ਤੇ ਰਿਹਾ ਉਸਬੇਕਿਸਤਾਨ ਵੈਰੀ 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 ਇੰਪੋਰਟੈਂਟ ਕੁਐਸਚਨ ਧੰਨਵਾਦ ਯਾਰ ਸ਼ਿਵ ਗੋਇਲ ਯਾਰ ਤੁਹਾਡੇ ਲਈ ਮਿਹਨਤ ਕਰੀ ਜਾਂਦੇ ਆ ਬਸ ਪੀਡੀਐਫ ਮਿਲੂ ਸਭ ਮਿਲੂ ਲekin PDF ਮਿਲੂਗੀ ਕੱਲ ਪਰਸੋ ਮੈਨੂੰ ਪਤਾ ਤੁਸੀਂ ਕਹੋਗੇ PDF ਤਾਂ ਪੜ ਲਓਗੇ ਫਿਰ ਪੜਦੇ ਹੋ ਨਹੀਂ ਨਾ ਲਾਉਂਦੇ ਗਗਨ ਨੇ ਨਹੀਂ ਪੜਾਇਆ ਆਜੋ ਭਾਰਤੀ ਕ੍ਰਿਕਟ ਟੀਮ ਨੇ 19ਵੀਂ ਏਸ਼ੀਆਈ ਖੇਡਾਂ ਵਿੱਚ ਕਿਹਨੂੰ ਹਰਾ ਕੇ ਸੋਨਾ ਜਿੱਤਿਆ ਯਾਨੀ ਕਿ 골ਡ ਮੈਡਲ ਜਿੱਤਿਆ ਸੋਨੇ ਦਾ ਪਦਕ ਤਾਂ ਭਾਰਤ ਤੁਹਾਨੂੰ ਦੱਸ ਦਵਾ ਪਹਿਲੀ ਵਾਰ ਕ੍ਰਿਕਟ ਖੇਡਣ ਗਿਆ ਸੀਗਾ ਮੁੰਡੇ ਦੇ ਮਾਮਲੇ ਵਿੱਚ ਵੀ ਤੇ ਕੁੜੀਆਂ ਦੇ ਮਾਮਲੇ ਵਿੱਚ ਵੀ ਤੇ ਭਾਰਤ ਦੀਆਂ ਕੁੜੀਆਂ ਨੇ ਹਰਾਇਆ ਸ਼੍ਰੀਲੰਕਾ ਨੂੰ ਸੌਰੀ ਅੱਛਾ ਇਹ ਇਹ ਮੁੰਡਿਆਂ ਦਾ ਸੀਗਾ ਸਵਾਲ ਸੌਰੀ ਸੌਰੀ ਬੱਚੇ ਦੋ ਕੁਐਸਚਨ ਬਣਨਗੇ ਇੱਥੇ ਮੈਂ ਲਿਖਣਾ ਹੀ ਭੁੱਲ ਗਿਆ ਕੁਝ ਨਹੀਂ ਲਿਖਿਆ ਮੈਂ ਇਹ ਹੈ ਜੀ ਮੁੰਡਿਆਂ ਦਾ ਮੈਨ ক্রিকেট ਟੀਮ ਇਹਨਾਂ ਨੇ ਹਰਾਇਆ ਅਫਗਾਨਿਸਤਾਨ ਨੂੰ ਤੇ ਜਿੱਤ ਲਿਆ 골ਡ ਮੈਡਲ ਕਿੰਨਾ ਹਰਾਇਆ ਕਿੱਦਾਂ ਹਰਾਇਆ ਉਹ ਕੁਛ ਨਹੀਂ ਹੈ ਕਿਉਂ ਪਤਾ ਕਿੰਨੀ ਕਮੇਡੀ ਹੋਈ ਇਹਨਾਂ ਨਾਲ ਫਾਈਨਲ ਮੈਚ ਚੱਲਦਾ ਸੀਗਾ ਅਫਗਾਨਿਸਤਾਨ ਬੈਟਿੰਗ ਕਰਦਾ ਸੀਗਾ 17 18 ਓਵਰ ਹੋ ਗਏ ਮੀ ਪੈ ਗਿਆ ਮੀ ਫਿਰ ਰੁਕਿਆ ਹੀ ਨਹੀਂ ਤਾਂ ਅਕੋਰਡਿੰਗ ਟੂ ਏਸ਼ੀਅਨ ਗੇਮਸ ਦੇ ਰੂਲ ਜੇ ਕੋਈ ਮੀ ਖਪੇ ਜਾਂਦਾ ਹੈ ਭਾਵੇਂ ਫਾਈਨਲ ਮੈਚ ਹੀ ਕਿਉਂ ਨਾ ਹੋਵੇ ਉਹਦੇ ਲਈ ਰਿਜ਼ਰਵਡ ਦੇ ਨਹੀਂ ਰੱਖਦੇ ਕਹਿੰਦੇ ਇੰਟਰਨੈਸ਼ਨਲ ਰੈਂਕਿੰਗ ਦੇ ਵਿੱਚ ਜਿਹੜੀ ਟੀਮ ਦੀ ਰੈਂਕਿੰਗ ਜ਼ਿਆਦਾ ਨਾ ਉਹਨੂੰ ਵਿਜੇਤਾ ਘੋਸ਼ਿਤ ਕਰ ਦੋ ਤਾਂ ਭਾਰਤ ਦੀ ਬੈਟਿੰਗ ਆਈ ਵੀ ਨਹੀਂ ਤੇ ਭਾਰਤ ਜਿੱਤ ਵੀ ਗਿਆ ਤਾਂ ਇਹ ਗੱਲ ਧਿਆਨ ਰੱਖਿਓ ਜੀ ਮੁੰਡਿਆਂ ਦੇ ਕੇਸ 'ਚ ਅਫਗਾਨਿਸਤਾਨ ਹੈ ਜੇ ਇਹ ਹੀ ਪੁੱਛਿਆ ਜਾਂਦਾ ਤੁਹਾਡੇ ਕੋਲੋਂ ਕਿ ਕੁੜੀਆਂ ਦੀ ਕ੍ਰਿਕਟ ਵਿੱਚ 골ਡ ਮੈਡਲ ਭਾਰਤ ਨੇ ਜਿੱਤਿਆ ਇਹਨਾਂ ਨੇ ਕਿਹਨੂੰ ਹਰਾਇਆ ਤਾਂ ਕੁੜੀਆਂ ਨੇ ਹਰਾਇਆ ਬੱਚੇ શ્રીਲੰਕਾ ਨੂੰ ਹਰਾਇਆ ਤੇ ਕਿੱਦਾਂ ਹਰਾਇਆ ਬੱਚੇ 19 ਰਨਾਂ ਤੋਂ ਹਰਾਇਆ ਜੀ ਇਹ ਵੀ ਗੱਲ ਮੇਰੀ ਰੱਖਿਓ ਧਿਆਨ 'ਚ ਕੀ ਬਾਤ ਹੈ ਅਗਲਾ ਤਾ ਇਹ ਦੇਖੋ ਜੀ ਭਾਰਤੀ ਕਪਤਾਨ ਦਾ ਨਾਮ ਰਤੂਰਾਜ ਗਾਇਕਵੜ ਤੇ ਅਫਗਾਨੀ ਕਪਤਾਨ ਦਾ ਨਾਮ ਗੁਲਬਦੀਨ ਨਾਇਬ ਧਿਆਨ ਰੱਖਣੀ ਗੱਲ ਗੁਲਬਦੀਨ ਨਾਇਬ ਅਗਲਾ ਕਿੰਨੀਆਂ ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਸੀਗਾ ਹਾਊ ਮੈਨੀ ਕੰਟਰੀਜ਼ ਪਾਰਟਿਸਿਪੇਟਡ ਟੋਟਲ ਕਿੰਨੀਆਂ ਕੰਟਰੀਜ਼ ਸੀਗੀਆਂ ਵੀ ਹੈ ਨਾ 20 21 22 23 24 ਜਿੰਨੀ ਮਰਜੀ ਤਾਂ ਟੋਟਲ ਕਿੰਨੀਆਂ ਕੰਟਰੀ ਨੇ ਭਾਗ ਲਿਆ ਸੀ ਤਾਂ ਜੀ 45 ਕੰਟਰੀਆਂ ਨੇ ਭਾਗ ਲਿਆ ਸੀਗਾ ਤਾਂ ਇਹਨਾਂ ਵਿੱਚੋਂ ਸਿਰਫ 41 ਕੰਟਰੀ ਨੇ ਜਿਨ੍ਹਾਂ ਨੇ ਘੱਟੋ-ਘੱਟ ਇੱਕ ਮੈਡਲ ਜਿੱਤਿਆ ਚਾਰ ਕੰਟਰੀਆਂ ਆਈ ਸੀਗੇ ਉਹ ਟ੍ਰਿਪ ਤੇ ਆਈ ਸੀਗੇ ਗਈ ਸੀ ਤੇ ਘੁੰਮ ਕੇ ਆ ਗਈਆਂ ਗਈਆਂ ਸੀ ਤੇ ਘੁੰਮ ਕੇ ਆ ਗਈਆਂ ਇਹਨਾਂ ਨੂੰ ਪ੍ਰੈਪਰੇਸ਼ਨ ਦੀ ਲੋੜ ਹੈ ਇਹ ਤਾਂ ਕੁਝ ਸਮਝ ਰਹੇ ਹੋ ਇਹ ਇਹ ਚਾਰ ਕੰਟਰੀਆਂ ਜਿਹੜੇ ਬੱਚੇ ਅਸੀਂ ਅਸੀਂ ਤੁਸੀਂ ਤੁਹਾਡੇ ਵਰਗੇ ਮੇਰੇ ਵਰਗੇ ਬੱਚੇ ਅਸੀਂ ਪੇਪਰ ਕਰ ਦਿੰਦੇ ਆ ਸਰਕਾਰੀ ਤਿਆਰੀ ਕਰਕੇ ਨਹੀਂ ਜਾਂਦੇ ਤੇ ਉੱਥੇ ਜਾ ਕੇ ਸ਼ਕਲ ਦਿਖਾ ਕੇ ਆ ਜਾਨੇ ਆ ਲੇਕਿਨ ਇਹ ਨਾ ਠਾਨ ਲਓ ਅਗਲੀ ਵਾਰ ਜਦੋਂ ਜਾਓਗੇ ਨਾ ਸ਼ਕਲ ਦਿਖਾ ਕੇ ਨਹੀਂ ਆਉਂਗੇ ਅਗਲੀ ਵਾਰ ਸਿਲੈਕਸ਼ਨ ਲੈ ਕੇ ਆਉਂਗੇ ਹੈ ਨਾ ਇਹ ਆਪਣੇ ਅੰਦਰ ਵਾਣੀ ਚਾਹੀਦੀ ਹੈ ਗੱਲ ਹੈ ਨਾ ਕਿ ਨਹੀਂ ਗਲਤ ਕਹਿ ਰਿਹਾ ਮੈਂ ਅਗਲਾ ਹਰਮਨਪ੍ਰੀਤ ਸਿੰਘ ਤੇ ਕੌਣ ਇਹ ਫਲੈਗ ਬੀਅਰਰ ਸੀਗੇ ਓਪਨਿੰਗ ਸੈਰੇਮਨੀ ਵਿੱਚ 19th ਏਸ਼ੀਅਨ ਗੇਮਸ ਹਰਮਨਪ੍ਰੀਤ ਸਿੰਘ ਕੌਣ ਹੈ ਏਸ਼ੀਆ ਜਿਹੜਾ ਸਾਡਾ ਕ੍ਰਿਕਟ ਹਾਕੀ ਟੀਮ ਹੌਕੀ ਟੀਮ ਦਾ ਸਾਡਾ ਕਪਤਾਨ ਹੈ ਜੀ ਪੰਜਾਬ ਤੋਂ ਬਿਲੋਂਗ ਕਰਦਾ ਹੈ ਇਹਦੇ ਨਾਲ ਸੀਗੀ ਕੌਣ ਲਵਲੀਨਾ ਬੋਰਗੋਹਨ ਲਵਲੀਨਾ ਬੋਰਗੋਹਨ ਕੀ ਕਰਦੀ ਹੈ ਇਹ ਕੁੜੀ ਕਰਦੀ ਹੈ ਬਾਕਸਿੰਗ ਇਹਦੇ ਨਾਲ ਹੀ ਤੁਹਾਡੇ ਲਈ ਸਵਾਲ ਹੈ ਇਹ ਤਾਂ ਸੀਗਾ ਜੀ ਓਪਨਿੰਗ ਸੈਰੇਮਨੀ ਦੇ ਵਿੱਚ ਕੋਈ ਮੈਨੂੰ ਦੱਸ ਸਕਦਾ ਵੀ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਝੰਡਾ ਧਾਵਕ ਕੌਣ ਸੀਗਾ ਭਾਰਤ ਵੱਲੋਂ ਕੌਣ ਸੀਗਾ ਝੰਡਾ ਧਾਰਕ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਹਾਂਜੀ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਤਾਂ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਸੀਗਾ ਕੌਣ ਇਹਦੇ ਵਿੱਚ ਸੀਗਾ ਪੀ ਆਰ ਸ੍ਰੀਜੇਸ਼ ਪੀ ਆਰ ਸ੍ਰੀ ਜੇਸ਼ ਇਹ ਕੌਣ ਹੈ ਜੀ ਇਹ ਵੀ ਹਾਕੀ ਦਾ ਖਿਡਾਰੀ ਹੈ ਅਗਲਾ ਤਾਂ ਅੱਗੇ ਜਾਣਦਣ ਤੋਂ ਪਹਿਲਾਂ ਇੱਕ ਵਾਰ ਇਹ ਤਾਂ ਆਪਾਂ ਜਦੋਂ ਮੈਡਲ ਬਾਰੇ ਪੜ੍ਹ ਰਹੇ ਹਾਂ ਜੀ ਇਹਨਾਂ ਉਹ ਮੈਡਲ ਨੇ ਜਿਨ੍ਹਾਂ ਨੇ ਆਪਣਾ ਨਾਂ ਰੌਸ਼ਨ ਕੀਤਾ ਆਪਣਾ ਪੰਜਾਬ ਦਾ ਆਪਣੇ ਪਿੰਡ ਸਟੇਟਾਂ ਦਾ ਆਪਣੇ ਘਰਦਿਆਂ ਦਾ ਆਪਣਾ ਰੁਤਬਾ ਉੱਚਾ ਕੀਤਾ ਆਪਣੀ ਮਿਹਨਤ ਨਾਲ ਤੇ ਹੁਣ ਸਾਡੀ ਵਾਰੀ ਆਪਣਾ ਰੁਤਬਾ ਉੱਚਾ ਕਰਨ ਦੀ 2 ਮਿੰਟ ਦਾ ਸਮਾਂ ਲਵਾਂਗਾ ਬਸ ਦੱਸਣਾ ਜ਼ਰੂਰੀ ਹੈ ਤੁਹਾਡੇ ਸਾਰਿਆਂ ਲਈ ਬਹੁਤ ਪੇਪਰ ਆਪਣੇ ਕੋਲ ਆ ਰਿਹਾ ਜੀ ਇਹਨਾਂ ਪੇਪਰਾਂ ਦੇ ਵਿੱਚ ਇਹਨਾਂ ਦੀ ਤਿਆਰੀ ਨਾਲ ਤੁਹਾਨੂੰ ਸਪੈਸ਼ਲ ਵੀਡੀਓ ਕਾਲ ਤੇ ਲਾਈਵ ਕਲਾਸਾਂ ਹੋਣਗੀਆਂ ਤੁਹਾਡੀਆਂ ਰਿਕਾਰਡਡ ਕਲਾਸਾਂ ਹੋਣਗੀਆਂ ਇਹ ਸਾਰੇ ਪੇਪਰਾਂ ਦੀ ਤੁਹਾਡੀ ਤਿਆਰੀ ਹੋ ਸਕਦੀ ਹੈ ਬੱਚੇ ਪੰਜਾਬ ਦੇ ਮਹਾਪੈਕ ਨਾਲ 1 ਸਾਲ ਦਾ ਹੁੰਦਾ 3219 ਦਾ ਲੇਕਿਨ ਕੱਲ ਹੈ ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ ਤੇ ਪੰਜਾਬ ਵੱਡਾ ਦੀ ਛੋਟੀ ਜੀ ਪਹਿਲ ਇਹੀ ਪੰਜਾਬ ਦਾ ਮਹਾਪੈਕ ਇੱਕ ਦੀ ਥਾਂ 2 ਸਾਲਾਂ ਦਾ ਤੇ 3219 ਦੀ ਥਾਂ 2023 ਵੀ ਨਹੀਂ ਸਿਰਫ 1936 ਦਾ ਬੱਚੇ ਵੀਡੀਓ ਕਾਲ ਤੇ ਮਿਲੂਗੀ ਗਾਈਡੈਂਸ ਕਲਾਸ ਐਦਾਂ ਕਰਕੇ ਮੇਰੀ ਪੰਜਾਬ ਜੀਕੇ ਜੀਕੇ ਮੈਥ ਦੀ ਤੇ ਸਿਲੈਕਟਿਡ ਸਟੂਡੈਂਟ ਤੋਂ ਮੈਂਟਰਸ਼ਿਪ ਬਸ ਧਿਆਨ ਰੱਖਿਓ ਗੱਲ Y383 ਲਾਣਾ ਹੈ ਤਾਂ ਇਹ ਸਭ ਕੁਝ ਤੁਹਾਨੂੰ ਬੜਾ ਹੀ ਈਜ਼ੀਲੀ ਮੁਹੱਈਆ ਕਰਾਇਆ ਜਾਊਗਾ ਨਹੀਂ ਤਾਂ ਬੱਚੇ ਕਈ ਵਾਰ ਮੈਨੂੰ ਕਹਿੰਦੇ ਨੇ ਕਿ ਸਰ ਗਾਈਡੈਂਸ ਕਲਾਸ ਨਹੀਂ ਮਿਲੀ ਮੈਂ ਕਹਾ ਕਿਹੜਾ ਲਾਇਆ ਸੀ ਕੋਡ ਕਹਿੰਦੇ ਸਰ ਫਲਾਣਾ ਲਾਇਆ ਸੀਗਾ ਮੈਂ ਕਹਾ ਬੱਚੇ ਫਿਰ ਮੈਨੂੰ ਨਹੀਂ ਪਤਾ ਜੇ Y383 ਲਾਉਂਗੇ ਮੇਰੀ ਜ਼ਿੰਮੇਵਾਰੀ ਮੇਰੇ ਅੰਡਰ ਆਉਂਗੇ ਹੋਰ ਕੋਈ ਲਾ ਦਿੰਦੇ ਹੋ ਦੇਖੋ ਮਿਲ ਵੀ ਜਾਂਦਾ ਹੈ ਲੇਕਿਨ ਕਈ ਵਾਰ ਨਹੀਂ ਵੀ ਮਿਲਦਾ ਤਾਂ ਉਹਦਾ ਹੈ ਬਦਿਆ ਤਰੀਕੇ ਨਾਲ ਇਕੱਠੇ ਜੁੜਾਂਗੇ ਕਰਾਂਗੇ ਪਾਸ ਵਾਏ 383 ਨਾਲ ਅਗਲਾ ਅਨੁਰਾਣੀ ਪਹਿਲੀ ਭਾਰਤੀ ਮਹਿਲਾ ਮੜੀ ਜਿਨੇ ਜੈਵਲਿਨ ਵਿੱਚ 골ਡ ਮੈਡਲ ਜਿੱਤਿਆ ਏਸ਼ੀਅਨ ਗੇਮਸ ਵਿੱਚ ਫਟਾਫਟ ਦੱਸੋ ਕੌਣ ਹੈ ਹਾਂਜੀ ਫਟਾਫਟ ਦੱਸੋ ਕੌਣ ਹੈ ਪੂਜਾ ਥਰਸਡੇ ਤੇ ਫਰਡੇ ਪੂਜਾ ਥਰਸਡੇ ਫਰਡੇ ਪੇਡ ਤੇ ਵਾਈਟੀ ਦਾ ਕਰੰਟ ਅਫੇਅਰ ਕੀ ਫਰਕ ਹੋ ਬੱਚੇ ਜਿਹੜੀ ਕੰਪਾਈਲੇਸ਼ਨ ਮਿਲਦੀ ਹੈ ਨਾ ਉਹ ਕੰਪਾਈਲੇਸ਼ਨ ਪੂਰੇ ਪੰਜਾਬ 'ਚ ਨਹੀਂ ਮਿਲਦੀ ਉਹੋ ਜੀ ਕੰਪਾਈਲੇਸ਼ਨ ਮਿਲਦੀ ਹੈ ਉੱਥੇ ਬਾਕੀ ਸਬਜੈਕਟਸ ਆਬਵੀਅਸਲੀ ਗੱਲ ਆ ਥਿਉਰੀ ਕਰਾਈ ਜਾਂਦੀ ਹੈ ਕਰੰਟ ਅਫੇਅਰ ਤਾਂ ਸੇਮ ਹੀ ਹੈ ਲੇਕਿਨ ਕੰਪਾਈਲੇਸ਼ਨ ਮਿਲਦੀ ਹੈ ਉੱਥੇ ਤੁਹਾਨੂੰ ਤੁਹਾਨੂੰ ਐਕਸਟਰਾ ਥੋੜੀ ਬਹੁਤ ਹੋਰ ਜਿਹੜੀਆਂ ਚੀਜ਼ਾਂ ਵਾਈਟੀ ਤੇ ਨਹੀਂ ਹੁੰਦੀ ਆਬਵੀਅਸ ਜੀ ਗੱਲ ਹੈ ਉੱਥੇ ਕਰਾਈ ਜਾਂਦੀਆਂ ਨੇ ਬਾਕੀ ਸਭ ਤੋਂ ਵੱਡੀ ਗੱਲ ਤਾਂ ਬੱਚੇ ਕੰਪਾਈਲੇਸ਼ਨ ਹੀ ਹੈ 50 ਪੇਜਾਂ ਵਿੱਚ ਪੂਰਾ ਮਹੀਨਾ ਤਾਂ ਇਹਦਾ ਜਵਾਬ ਬਹੁਤ ਵਧੀਆ ਜੀ ਮੇਰਟ ਤਾਂ ਅੱਗੇ ਤੋਂ ਗੱਲ ਕਰਾਂਗੇ ਜਦੋਂ ਜੈਵਲਿਨ ਬਾਰੇ ਤਾਂ ਇੱਕ ਹੋਰ ਨਾਮ ਆਊਗਾ ਨੀਰਜ ਚੋਪੜਾ ਦੇ ਨਾਲ ਅਨੂ ਰਾਣੀ ਦਾ 62.92 ਮੀਟਰ ਸ਼ਾਬਾਸ਼ ਚਲੋ ਨਿਰਜ ਚੋਪੜਾ ਨੇ 88.88 ਮੀਟਰ ਤੇ ਕਿਸ਼ੋਰ ਜੈਨਾ ਨੇ 87.54 ਮੀਟਰ ਜੈਵਲਿਨ ਸਿੱਟ ਕੇ 골ਡ ਮੈਡਲ ਤੇ ਸਿਲਵਰ ਮੈਡਲ ਆਪਣੇ ਨਾ ਕੀਤਾ ਤਾਂ ਕਿਸ਼ੋਰ ਭਰਾ ਕਿੱਥੋਂ ਹੈ ਤਾਂ ਕਿਸ਼ੋਰ ਭਰਾ ਕਿੱਥੋਂ ਹੈ ਹਾਂ ਹਾਂ ਬੱਚੇ ਬਿਲਕੁਲ ਲੱਗੂਗੀ ਗਾਈਡੈਂਸ ਕਲਾਸ ਬੱਚੇ ਇਸ ਵਾਰ ਤਾਂ ਆਪਾਂ ਲੁਧਿਆਣਾ ਸੀਗੇ ਅਸੀਂ ਤਾਂ ਲਾਈਵ ਗਾਈਡੈਂਸ ਕਲਾਸ ਲਈ ਇਸ ਵਾਰ ਫੇਸ ਟੂ ਫੇਸ ਬੱਚਿਆਂ ਨਾਲ ਗਾਈਡੈਂਸ ਕਲਾਸ ਸੀਗੀ ਤਾਂ ਕਰਕੇ ਇਸ ਵਾਰ ਤਾਂ ਹੋਊਗੀ ਓਬਵੀਅਸ ਜੀ ਗੱਲ ਹੈ ਯਾਰ ਤੁਹਾਨੂੰ ਪਤਾ ਤਾਂ ਹੈ ਅਸੀਂ ਲੁਧਿਆਣਾ ਗਈ ਹੋਈ ਸੀ ਬੱਚੇ ਬੱਚੋ ਦੱਸ ਦਿਓ ਇਹਨਾਂ ਨੂੰ ਪਤਾ ਯਕੀਨ ਨਹੀਂ ਹੁੰਦਾ ਦੱਸਿਓ ਇੱਕ ਵਾਰ ਕਿਹੋ ਜੀ ਕੰਪਾਈਲੇਸ਼ਨ ਮਿਲਦੀ ਹੈ ਤੇ ਹੋਰ ਕਿਤੇ ਮਿਲਦੀ ਹੈ ਉਹ ਜੀ ਕੰਪਾਈਲੇਸ਼ਨ ਜਾਂ ਨਹੀਂ ਤਾਂ ਬਹੁਤ ਵਧੀਆ ਜੀ 오ਡੀਸ਼ਾ ਦਾ ਮੁੰਡਾ ਜੀ ਬਿਲਕੁਲ ਕਿਸ਼ੋਰ ਜੈਨਾ ਅਗਲਾ ਮੋਗੇ ਦੇ ਤਜਿੰਦਰਪਾਲ ਤੂਰ ਨੇ ਭਾਰਤ ਲਈ ਤੇ ਪੰਜਾਬ ਲਈ ਲਿਆਇਆ 골ਡ ਮੈਡਲ ਤਾਂ ਜੀ ਕਿਹੜਾ ਖੇਡ ਖੇਡਦਾ ਹੈ ਦੁਬਾਰੇ ਦੱਸ ਦੇਣਾ 745 ਤੇ ਸੈਸ਼ਨ ਹੈ ਜਿਹਦੇ ਵਿੱਚ ਪੰਜਾਬ ਦੇ ਐਥਲੀਟਾਂ ਬਾਰੇ ਆਪਾਂ ਗੱਲ ਕਰਾਂਗੇ ਬਹੁਤ ਘੈਂਟ ਸੈਸ਼ਨ ਬਣਾਇਆ ਹੋਇਆ ਤੁਹਾਡੇ ਲਈ ਪ੍ਰੋਪਰ ਫੋਟੋਆਂ ਲਾ ਕੇ ਪਤਾ ਲੱਗੂ ਕੌਣ ਕੌਣ ਸੀਗਾ ਤਾਂ ਫਟਾਫਟ ਦੱਸੋ ਇਹਦਾ ਜਵਾਬ ਕੀ ਹੋਊਗਾ ਤਾਂ ਇਹਦਾ ਜਵਾਬ ਹੋ ਜਾਂਦਾ ਕਿਹੜਾ ਸ਼ਾਰਟ ਪੁੱਟ ਖੇਡਦਾ ਹੈ ਵੀਰ ਵੀਰ ਕਿਹੜਾ ਖੇਡਦਾ ਹੈ ਵੀਰ ਖੇਡਦਾ ਹੈ ਸ਼ਾਰਟ ਪੁੱਟ ਧਿਆਨ ਰੱਖ ਲਿਓ ਹੈਨਾ ਚਲੋ ਅਗਲਾ ਭਾਰਤੀ ਹਾਕੀ ਟੀਮ ਨੇ 골ਡ ਮੈਡਲ ਜਿੱਤਿਆ ਏਸ਼ੀਆਈ ਖੇਡਾਂ ਵਿੱਚ ਕਿਹਨੂੰ ਹਰਾ ਕੇ ਇਹਨਾਂ ਨੇ ਹਰਾਇਆ ਇੱਕ ਟੀਮ ਨੂੰ 5-1 ਤੋਂ ਸਿਰਾ ਡੋਮਿਨੇਟਿੰਗ ਪਲੇ ਮਤਲਬ ਪੂਰਾ ਟੂਰਨਾਮੈਂਟ ਐ ਖੇਡਿਆ ਕਿ ਅਸੀਂ ਤਾਂ ਜਿੱਤੇ ਹੋਏ ਹਾਂ ਬਸ ਵੈਸੇ ਹੀ ਤੁਹਾਡੇ ਨਾਲ ਮਜ਼ਾਕ ਕਰਨ ਆਏ ਹੋਏ ਹਾਂ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਫੀਡਬੈਕ ਮੈਂ ਨਹੀਂ ਦੱਸਦਾ ਕਿਉਂਕਿ ਜਿਹੜੀ ਕੰਪਾਈਲੇਸ਼ਨ ਹੈ ਉਹਦੇ 'ਚ ਪੂਰੀ ਮਿਹਨਤ ਲੱਗਦੀ ਹੈ ਪ੍ਰੋਪਰ ਥਿਉਰੀ ਹੈ ਪੂਰੇ ਮਹੀਨੇ ਦੀ ਪ੍ਰੋਪਰ ਐਮਸੀਕਿਊ ਨੇ ਤੇ ਤੱਕ ਕਰੰਟ ਅਫੇਅਰ ਐ ਸਿਰਫ ਬਾਕੀ ਤੁਹਾਨੂੰ ਜਿਹੜੀ ਗਾਈਡੈਂਸ ਕਲਾਸ ਮਿਲਦੀ ਹੈ ਸਿਲੈਕਟਡ ਸਟੂਡੈਂਟਸ ਨੂੰ ਗਾਈਡੈਂਸ ਕਲਾਸ ਮਿਲਦੀ ਆ ਉਹ ਸਾਰੀਆਂ ਚੀਜ਼ਾਂ ਅੱਡ ਨੇ ਚਲੋ ਤਾਂ ਜਵਾਬ ਇਹਦਾ ਜਾਪਾਨ ਨੂੰ ਹਰਾਇਆ ਜੀ 5 1 ਤੋਂ ਯਾਦ ਰੱਖਿਓ ਅਗਲਾ ਭਾਰਤੀ ਕਬੱਡੀ ਟੀਮ ਵੀ 골ਡ ਜਿੱਤੇਗੀ ਇਸ ਵਾਰ ਤਾਂ ਸਿਰ ਲੱਗਾ ਸਿਰ ਕਬੱਡੀ ਹੋਵੇ ਕ੍ਰਿਕਟ ਹੋਵੇ ਹਾਕੀ ਹੋਵੇ ਸਭ ਲੁੱਟ ਕੇ ਲੈ ਗਿਆ ਸੀ ਤਾਂ ਭਾਰਤੀ ਕਬੱਡੀ ਟੀਮ ਜਿੱਤੀ ਹੈ ਜੀ 골ਡ ਮੈਡਲ ਕਿਹਨੂੰ ਹਰਾ ਕੇ ਈਰਾਨ ਨੂੰ ਹਰਾ ਕੇ ਕੀ ਬਾਤ ਹੈ ਜੀ ਅਗਲਾ ਭਾਰਤੀ ਕੁੜੀਆਂ ਦੀ ਕਬੱਡੀ ਟੀਮ ਵੀ ਜਿੱਤ ਗਈ ਹੈ ਕੀ ਬਾਤ ਹੈ ਜੀ ਇਸ ਵਾਰ ਸਿਰਾ ਕੰਮ ਹੋਇਆ ਜੀ ਇਸ ਵਾਰ ਸਿਰਾ ਕੰਮ ਹੋਇਆ ਤਾਂ ਤਾਨਿਆ ਕੰਬੋਜ ਇਸ ਵਾਰ ਥਰਸਡੇ ਨੂੰ ਤੁਹਾਨੂੰ ਅਗਸਤ ਦੀ ਸਤੰਬਰ ਦੀ ਵੀ ਮਿਲ ਜੂਗੀ ਇਸ ਵਾਰ ਆ ਜਿਓ ਦੇਖੋ ਜਿੰਨੇ ਬੱਚੇ ਨੇ ਥਰਸਡੇ ਫਰਡੇ ਕਲਾਸ ਲਾ ਲਿਓ ਫੇਰ ਨਾ ਕਿ ਉਹ ਸਰ ਪੀਡੀਐਫ ਨਹੀਂ ਮਿਲੀ ਅਗਸਟ ਤੇ ਸੈਪਟੈਂਬਰ ਦੀ ਕੰਪਾਈਲੇਸ਼ਨ ਮਿਲਣੀ ਹੈ ਇਸ ਥਰਸਡੇ ਤੇ ਫਰਾਈਡੇ ਨੂੰ ਰਿਵੀਜ਼ਨ ਕਰ ਲਿਓ ਵਧੀਆ ਤਰੀਕੇ ਨਾਲ ਆਪਣੀ ਥਰਸਡੇ ਫਰਾਈਡੇ ਜਵਾਬ ਇਹਦਾ ਕੀ ਹੈ ਇਹਨਾਂ ਨੇ ਹਰਾਇਆ ਵਿੱਚ ਚਾਈਨੀਜ਼ ਟਾਈਪੇਈ ਨੂੰ ਹੁਣ ਚਾਈਨੀਜ਼ ਟਾਈਪੇਈ ਕੀ ਹੈ ਤਾਈਵਾਨ ਜਿਹੜਾ ਦੇਸ਼ ਹੈ ਨਾ ਉਹ ਚਾਈਵਾਨ ਤਾਈਵਾਨ ਨਾ ਤੋਂ ਨਹੀਂ ਖੇਡਦਾ ਉਹ ਖੇਡਦਾ ਚਾਈਨੀਜ਼ ਟਾਈਪੇਈ ਦੇ ਨਾਲ ਧਿਆਨ ਰੱਖਿਓ ਅਗਲਾ ਕਿਹੜੇ ਸਪੋਰਟ ਵਿੱਚ ਭਾਰਤ ਨੇ ਪੰਜ 골ਡ ਮੈਡਲ ਜਿੱਤੇ ਕਿਉਂਕਿ ਉਹ ਸਪੋਰਟ ਵਿੱਚ ਸਿਰਫ ਪੰਜ 골ਡ ਮੈਡਲ ਸੀਗੇ ਮਤਲਬ ਆਹਾਹਾਹਾਹਾ ਕਰਤਾ ਇਹਨਾਂ ਨੇ ਕਹਿੰਦੇ ਵੀ ਇਹਦੇ ਵਿੱਚ ਪੰਜ 골ਡ ਮੈਡਲ ਹੁੰਦੇ ਨੇ ਜਿੱਦਾਂ ਕਿ ਮੰਨ ਲਓ 100 ਮੀਟਰ ਰੇਸ 200 ਮੀਟਰ ਰੇਸ 400 ਮੀਟਰ ਰੇਸ 800 ਮੀਟਰ ਰੇਸ 1500 ਮੀਟਰ ਰੇਸ ਐਦਾਂ ਹੀ ਕੋਈ ਖੇਡ ਹੈ ਉਹਦੇ ਵਿੱਚ ਪੰਜ 골ਡ ਮੈਡਲ ਸੀਗੇ ਪੰਜੇ ਲੈ ਗਏ ਆਪਾਂ ਤਾਂ ਪੰਜੇ ਕਿਹੜਾ ਲੈ ਗਏ ਅਸੀਂ ਲੈ ਗਏ ਜੀ ਆਰਚਰੀ ਦੇ ਵਿੱਚ ਤੇ ਇਹਦੇ ਵਿੱਚ ਪੰਜਾਬ ਦੀਆਂ ਵੀ 1 2 3 ਧੀਆਂ ਨੇ ਸਿਮਰਨਜੀਤ कौर ਸੰਧੂ ਫਰਮ ਫਾਜ਼ਿਲ ਕਾ ਪ੍ਰਨੀਤ कौर ਫਰਮ ਮਾਨਸਾ ਤੇ ਇੱਕ ਹੋਰ ਦਾ ਨਾਮ ਮੈਨੂੰ ਯਾਦ ਨਹੀਂ ਆ ਰਹਾ ਉਹ 745 ਤੇ ਬਹੁਤ ਇੰਪੋਰਟੈਂਟ ਸੈਸ਼ਨ ਹੋਗਾ ਪੰਜਾਬ ਦੇ ਪੇਪਰ ਪੁਆਇੰਟ ਆਫ 뷰 ਤੋਂ ਅਗਲਾ ਤੇ ਕੱਲਾ ਪੰਜਾਬ ਦੇ ਪੇਪਰ ਪੁਆਇੰਟ ਆਫ 뷰 ਤੋਂ ਨਹੀਂ ਹੈ ਉਹ ਆਪਣੇ ਮੰਮੀ ਪਾਪਾ ਨੂੰ ਵੀ ਦਿਖਾਇਓ ਆਪਣੇ ਯਾਰਾਂ ਬੇਲੀ ਆਪਣੇ ਭਰਾਵਾਂ ਭੈਣਾਂ ਨੂੰ ਵੀ ਦਿਖਾਇਓ ਕਿ ਦੇਖੋ ਇਹ ਨੇ ਪੰਜਾਬ ਦੇ 19 ਹੀਰੇ ਜਿਨ੍ਹਾਂ ਨੇ ਵਰਲਡ ਲੈਵਲ ਤੇ ਏਸ਼ੀਆ ਗੇਮਸ ਜਾ ਕੇ ਪੰਜਾਬ ਦਾ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਜਰੂਰ ਦੇਖਿਓ 745 ਤੇ ਆਜੋ ਇੰਡੀਆ ਦੀ ਸਕਵਾਸ਼ ਟੀਮ ਵੀ 골ਡ ਮੈਡਲ ਜਿੱਤ ਗਈ ਤਾਂ ਜੀ 19th ਏਸ਼ੀਆ ਗੇਮਸ ਇਟਸ 골ਡ ਮੈਡਲ ਜਿੱਤੇ ਆ ਜੀ ਕਿਹਨੂੰ ਹਰਾ ਕੇ squash team मुंडਿਆਂ ਦੀ squash team ਸੀਗੀ ਇਹਨਾਂ ਨੇ ਹਰਾਇਆ ਕਿਹਨੂੰ ਇਹਨਾਂ ਨੇ ਹਰਾਇਆ ਬੱਚੇ ਪਾਕਿਸਤਾਨ ਨੂੰ ਅਗਲਾ ਇੰਡੀਆ ਦੀ ਬੈਡਮਿੰਟਨ ਟੀਮ ਜਿਹਦੇ ਵਿੱਚ ਦੋ ਮੁੰਡੇ ਸੀਗੇ ਸਾਤਵਿਕ ਤੇ ਚਿਰਾਗ ਇਹਨਾਂ ਨੇ ਵੀ 골ਡ ਮੈਡਲ ਜਿੱਤਿਆ ਜੀ ਕਿਹਨੂੰ ਹਰਾ ਕੇ ਇਹਨਾਂ ਨੇ ਵੀ ਕੀਤਾ ਸ਼ਾਬਾਸ਼ ਅੱਛਾ ਪੰਨੀ ਸਾਡੀ ਯੂਨੀਵਰਸਿਟੀ ਦੀ ਕੁੜੀ ਹੈ ਕੀ ਬਾਤ ਹੈ ਸ਼ੰਟੀ ਪਤਾ ਹੀ ਹੋਣਾ ਫਿਰ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਨਾ ਇੱਕ ਕੁੜੀ ਹੈ ਜੀ ਹਰਮਿਲਨ ਬੈਂਸ ਉਹਦੇ ਮਦਰ ਵੀ ਏਸ਼ੀਅਨ ਗੇਮਸ ਸਿਲਵਰ ਮੈਡਲਿਸਟ ਨੇ ਉਹਦੇ ਫਾਦਰ ਸਾਹਿਬ ਵੀ ਸਾਊਥ ਏਸ਼ੀਅਨ ਗੇਮਸ ਦੇ ਮੈਡਲਿਸਟ ਰਹ ਚੁੱਕੇ ਨੇ ਤੇ ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ਦੋਨਾਂ ਤੇ ਸਿਲਵਰ ਮੈਡਲ ਬਹੁਤ ਵਧੀਆ ਸੈਸ਼ਨ ਬਣਾਇਆ ਹੈ ਤਾਂ ਹੀ ਮੈਂ बार-बार ਕਹਿ ਰਿਹਾ ਮੈਨੂੰ ਖੁਸ਼ੀ ਹੋਈ ਹੈ ਬਣਾਉਂਦੇ ਹੋਏ ਕਿ ਪੰਜਾਬ ਨੇ ਕਿੰਨਾ ਰੋਸ਼ਨ ਕੀਤਾ 28 ਵਿੱਚੋਂ 8 ਮੈਡਲ ਦੇ ਤੁਸੀਂ ਅਹਿਮੀਅਤ ਸਮਝ ਰਹੇ ਹੋ 33% ਮੈਡਲ 골ਡ 33% 골ਡ ਮੈਡਲ ਪੰਜਾਬ ਦੇ ਆਏ ਨੇ ਪੰਜਾਬ ਦੇ ਆਏ ਨੇ ਅਰਾਊਂਡ 83 ਦਾ 93 ਦਾ 27 ਅਰਾਊਂਡ ਅਰਾਊਂਡ 30% 골ਡ ਮੈਡਲ ਪੰਜਾਬ ਦੇ ਹਨ ਅਹਿਮੀਅਤ ਸਮਝੋ ਗੱਲ ਦੀ ਜਵਾਬ ਇਹਦਾ ਕੀ ਹੈ ਐਨਾ ਹਰਾਏ ਕਿ ਨੂੰ ਸਾਊਥ ਕੋਰੀਆ ਨੂੰ ਅਗਲਾ ਭਾਰਤ ਨੇ ਸਭ ਤੋਂ ਜ਼ਿਆਦਾ ਮੈਡਲ 29 ਜਿਹਦੇ ਚ 6 골ਡ 14 ਸਿਲਵਰ ਤੇ 9 ਬ੍ਰੌਂਜ਼ ਸੀਗੇ ਕਿਹੜੀ ਕੈਟੇਗਰੀ ਵਿੱਚ ਜਿੱਤੇ ਹਾਂਜੀ ਨਹੀਂ ਨਹੀਂ ਸਲੀਮ ਖਾਨ ਬਿਲਕੁਲ ਇਹੀ ਹੈ ਕੰਪਾਈਲੇਸ਼ਨ ਪੜੋ ਤੇ 9am ਕਰੰਟ ਅਫੇਅਰ ਕਲਾਸ ਲਾਓ ਤੁਹਾਨੂੰ ਕਿਸੇ ਦਾ ਪਿਓ ਵੀ ਕਰੰਟ ਅਫੇਅਰ ਵਿੱਚ 90% ਨੰਬਰ ਸਕੋਰ ਕਰਨ ਤੋਂ ਰੋਕ ਨਹੀਂ ਸਕਦਾ ਦੇਖੋ ਜੀ ਉਹੀ ਗੱਲ ਹੈ ਡਰ ਲੱਗਦਾ ਫਿਰ ਵੀ ਟੱਚ वुਡ ਰੱਬ ਤੋਂ ਡਰਦੇ ਆ ਮਿਹਨਤ ਕਰੀ ਜਾਂਦੇ ਆ ਆਪਣੇ ਵੱਲੋਂ ਬੈਸਟ ਦੇਣ ਦਾ ਟਰਾਈ ਕਰੀ ਜਾਂਦੇ ਆ ਇਹੀ ਤੁਸੀਂ ਵੀ ਕਰਨਾ ਹੈ ਹੈਨਾ ਚਲੋ ਇਹਦਾ ਜਵਾਬ ਕੀ ਹੋਜੂ ਇਹਦਾ ਜਵਾਬ ਹੈ ਬੱਚੇ ਐਥਲੈਟਿਕਸ ਦੇ ਵਿੱਚ ਕੱਟਿਆ ਗਿਆ ਕਈ ਨਾਂ ਦੇ ਚਲਾਨ ਕੱਟਿਆ ਗਿਆ ਹੁਣ ਸ਼ੂਟਿੰਗ ਵਾਲੇ ਹੈਨਾ ਚਲੋ ਇਹਦੇ ਹੁਣ ਆਗੇ ਜੀ ਇੰਡੀਆ ਵਿੱਚ ਸਭ ਤੋਂ ਜ਼ਿਆਦਾ 골ਡ ਮੈਡਲ ਕਿਹਦੇ ਜਿੱਤੇ ਅਸੀਂ 올ਓਵਰ ਤਾਂ ਦੇਖ ਲਿਆ ਐਥਲੈਟਿਕ ਚ ਲੇਕਿਨ ਸਭ ਤੋਂ ਜ਼ਿਆਦਾ 골ਡ ਮੈਡਲ ਸੱਤ ਕਿਹਦੇ ਜਿੱਤੇ ਤਾਂ ਅਸੀਂ ਜਿੱਤੇ ਇਹ ਸ਼ੂਟਿੰਗ ਚ ਜਿੱਤੇ 골ਡ ਮੈਡਲ ਬਹੁਤ ਵਧੀਆ ਇਹਦੇ ਵਿੱਚ ਜੀ ਪੰਜਾਬ ਦੀ ਧੀ ਹੈ ਸਿਫਤ ਕੌਰ ਸਮਰਾ ਉਹਨੇ ਇੱਕ 골ਡ ਜਿੱਤਿਆ ਕੁੜੀ ਨੇ ਇੱਕ ਕੁੜੀ ਨੇ ਸਿਲਵਰ ਜਿੱਤਿਆ ਹੈ ਬਿੰਨੂ ਢਿੱਲੋਂ ਦਾ ਭਤੀਜਾ ਹੈ ਅ ਅਰਜੁਨ ਸਿੰਘ ਚੀਮਾ ਉਹ ਵੀ 골ਡ ਮੈਡਲ ਜਿੱਤਿਆ ਹੈ ਇਹ ਮੈਨੂੰ ਖੁਸ਼ੀ ਬਹੁਤ ਹੋ ਰਹੀ ਹੈ ਦੇਖੋ ਯਾਰ ਅੱਜ ਮੈਂ ਰਿਕੁਐਸਟ ਕਰ ਰਿਹਾ ਪਹਿਲੀ ਵਾਰ ਹੱਥ ਜੋੜ ਕੇ 745 ਵਾਲਾ ਸੈਸ਼ਨ ਜ਼ਰੂਰ ਦੇਖਿਓ ਦਿਲ ਖੁਸ਼ ਹੋ ਜਾਊਗਾ ਕੱਲੀ ਪੜ੍ਹਾਈ ਦੇ ਪੁਆਇੰਟ ਆਫ 뷰 ਤੇ ਨਹੀਂ ਐਜ਼ ਅ ਬੀਇੰਗ ਆ ਪੰਜਾਬੀ ਜੇ ਪੰਜਾਬ ਚ ਰਹਿ ਰਹੇ ਹੋ ਉਹਦੇ ਲਈ ਦੇਖਿਓ ਇਹ ਸੈਸ਼ਨ ਵਾਲਾ ਜ਼ਰੂਰ ਚਲੋ ਤਾਂ ਇਸ ਵਾਰ ਨਾ ਦੋ ਖੇਡ ਨਵੇਂ ਆਏ ਸੀਗੇ ਇੱਕ ਤਾਂ ਬ੍ਰੇਕ ਡਾਂਸਿੰਗ ਤੇ ਇੱਕ ਸੀਗਾ ਈ-ਸਪੋਰਟਸ ਆਨਲਾਈਨ ਗੇਮ ਆ ਤਾਂ ਉਹਦੇ ਵਿੱਚ ਮੁੰਡਿਆਂ ਚ ਬੀ ਬాయ్ ਸ਼ਿਗੀ ਕਿਕਸ ਤੇ ਕੁੜੀਆਂ ਚ ਬੀ ਬాయ్ 6671 ਜਿੱਤੇ 671 ਸੀਗੀ ਚੀਨ ਤੋਂ ਸ਼ਿਗੇ ਕਿਕਸ ਕਿੱਥੋਂ ਸੀ ਹਾਂਜੀ ਸ਼ਿਗੇ ਕਿਕਸ ਕਿੱਥੋਂ ਸੀ ਤਾਂ ਬੱਚੇ ਸ਼ਿਗੇ ਕਿਕ ਸੀਗੀ ਜਾਪਾਨ ਸੀਗਾ ਸੌਰੀ ਨਾ ਹੀ ਇਹੋ ਜੇ ਪਤਾ ਹੈ ਲਗ ਰ ਮੁੰਡਾ ਕੁੜੀ ਅਗਲਾ ਜਾਪਾਨ ਤੋਂ ਅਗਲਾ ਭਾਰਤ ਕਿੰਨੇ ਐਥਲੀਟਾਂ ਨੂੰ ਭੇਜਿਆ ਸੀ ਉੱਥੇ ਤਾਂ ਜੀ 40 ਅੱਡ ਅੱਡ ਸਪੋਰਟ ਸੀਗੇ ਉੱਥੇ ਤਾਂ ਉਹਦੇ ਚ ਭਾਰਤ ਨੂੰ ਰਿਪਰੈਜ਼ੈਂਟ ਕਰਨ ਲਈ ਕਿੰਨੇ ਗਏ ਸੀਗੇ ਹਾਂਜੀ ਸ਼ਾਬਾਸ਼ ਕਿੰਨੇ ਐਥਲੀਟ ਗਏ ਸੀਗੇ ਭਾਰਤ ਨੂੰ ਰਿਪਰੈਜ਼ੈਂਟ ਕਰਨ ਲਈ ਤਾਂ ਇਹਦੇ ਚ ਗਏ ਸੀਗੇ 655 ਬੱਚੇ ਡਾਂਸਿੰਗ ਨਹੀਂ ਬ੍ਰੇਕ ਡਾਂਸਿੰਗ ਨਾਸ ਤਾਂ ਭੰਗੜਾ ਵੀ ਹੁੰਦਾ ਅਗਲੀ ਵਾਰ ਭੰਗੜਾ ਧਰ ਲੈਣੇ ਆਪਾਂ ਉੱਥੇ ਬ੍ਰੇਕ ਡਾਂਸਿੰਗ ਜਾਪਾਨੀ ਸੀ ਬਿਲਕੁਲ ਜਾਪਾਨੀ ਸੀ ਅਗਲਾ ਭਾਰਤ ਦਾ ਪਹਿਲਾ ਮੈਡਲ ਕਿਹੜੇ ਖੇਡ ਵਿੱਚ ਆਇਆ ਹੁਣ ਇਹ ਫਸੂਗੇ ਤੁਸੀਂ ਇਹਦਾ ਜਵਾਬ ਐਸੇ ਠੀਕ ਕਰ ਦੋਗੇ ਤੁਸੀਂ ਇੱਥੇ ਪੁੱਛਿਆ ਗਿਆ ਵੀ ਭਾਰਤ ਦਾ ਪਹਿਲਾ ਮੈਡਲ ਕਿਹੜੇ ਚ ਆਇਆ ਤਾਂ ਪਹਿਲਾ ਮੈਡਲ ਆਇਆ ਕਿਹਦੇ ਚ ਸ਼ੂਟਿੰਗ ਚ ਆਇਆ ਲੇਕਿਨ 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 ਪੂਰੀ ਗੱਲ ਪੜੋ 10 ਮੀਟਰ 에어 ਰਾਈਫਲ ਟੀਮ ਇਵੈਂਟ ਕੁੜੀਆਂ ਦਾ ਆਇਆ ਕੁੜੀਆਂ ਦਾ ਆਇਆ ਤੇ ਪਹਿਲਾ ਮੈਡਲ ਕਿਹੜਾ ਆਇਆ ਸੀ ਭਾਰਤ ਦਾ ਭਾਰਤ ਦਾ ਪਹਿਲਾ ਆਇਆ ਸੀਗਾ ਸਿਲਵਰ ਮੈਡਲ ਇਹ ਗੱਲ ਧਿਆਨ ਰੱਖਿਓ ਸਵਾਲ ਕੀ ਪੁੱਛਿਆ ਗਿਆ ਇਹ ਧਿਆਨ ਰੱਖੋ ਇੱਥੇ ਕਿਹਾ ਗਿਆ ਕਿ ਭਾਰਤ ਦਾ ਪਹਿਲਾ ਮੈਡਲ ਕਿਹੜਾ ਆਇਆ ਤਾਂ ਪਹਿਲਾ ਮੈਡਲ ਆਇਆ ਸਿਲਵਰ ਤੇ ਕੌਣ ਲੈ ਕੇ ਗਿਆ 10 ਮੀਟਰ 에어 ਰਾਈਫਲ ਟੀਮ ਇਵੈਂਟ ਕੁੜੀਆਂ ਲੇਕਿਨ ਜੇ ਪੁੱਛਿਆ ਜਾਵੇ ਕਿ ਭਾਰਤ ਦਾ ਪਹਿਲਾ 골ਡ ਮੈਡਲ ਕਿਹਦਾ ਆਇਆ ਸੀਗਾ ਦਾ ਸੇਮ ਖੇਡ ਹੈ ਬੱਚੇ 10 ਮੀਟਰ 에ਅਰ ਰਾਈਫਲ ਟੀਮ ਇਵੈਂਟ ਲੇਕਿਨ ਮੁੰਡੇ ਜਿੱਤ ਗਏ ਸੀਗੇ ਇਹ ਦੇਖ ਲਿਓ ਬਸ ਡਿਫਰੈਂਸ ਜੇ ਪੁੱਛਿਆ ਜਾਏ ਕੱਲਾ ਮੈਡਲ ਤਾਂ ਸਿਲਵਰ ਮੈਡਲ ਆਏ ਸੀਗਾ ਜੇ ਪੁੱਛ ਜਾਵੇ 골ਡ ਮੈਡਲ ਤਾਂ ਮੁੰਡੇ ਜਿੱਤੇ ਸੀਗੇ ਆਈ ਹੋਪ ਆਈ ਐਮ ਕਲੀਅਰ ਹੈਨਾ ਚਲੋ ਹਰ ਮਿਲਨ ਬੈਂਸ ਲਓ ਵੀ ਇਹਦੀ ਬਾਰੇ ਗੱਲ ਕਰਦੇ ਸੀਗੇ ਹਰ ਮਿਲਨ ਬੈਂਸ ਜਿੱਤ ਗਈ ਜੀ ਸਿਲਵਰ 800 ਮੀਟਰ ਵਿੱਚ ਤੇ 1500 ਮੀਟਰ ਵਿੱਚ ਹਰ ਮਿਲਨ ਬੈਂਸ ਕਿੱਥੋਂ ਬਿਲੋਂਗ ਕਰਦੀ ਹੈ ਪੰਜਾਬ ਤੋਂ ਓਬਵੀਅਸ ਜੀ ਗੱਲ ਹੈ ਇਹਨਾਂ ਘੱਟਿਆ ਸਵਾਲ ਨਹੀਂ ਪੁੱਛੂੰਗਾ ਕਿੱਥੋਂ ਬਿਲੋਂਗ ਕਰਦੀ ਹੈ 힌ਟ ਲਾਉਂਗੇ ਲਓ ਜੀ ਕੁੜੀ ਬਿਲੋਂਗ ਕਰਦੀ ਹੈ ਮਹਿਲਪੁਰ ਤੋਂ ਕੁੜੀ ਬਿਲੋਂਗ ਕਰਦੀ ਹੈ ਜੀ ਮਹਿਲਪੁਰ ਤੋਂ ਬਿਲੋਂਗ ਕਰਦੀ ਹੈ ਸ਼ਾਬਾਸ਼ ਕੁੜੀ ਬਿਲੋਂਗ ਕਰਦੀ ਹੈ ਮਹਿਲਪੁਰ ਤੋਂ ਹੁਸ਼ਿਆਰਪੁਰ ਦੀ ਗੱਲ ਹੋ ਰਹੀ ਹੈ ਜੀ ਕੀ ਆਵਾਜ਼ ਹੈ ਜੀ ਬਹੁਤ ਵਧੀਆ ਇਹ ਹੈ ਜੀ ਹਰ ਮਿਲਨ ਬੈਂਸ ਪੰਜਾਬ ਦੀ ਧੀ ਕੀ ਆਵਾਜ਼ ਹੈ ਜੀ ਅਗਲਾ ਪਹਿਲੀ ਏਸ਼ੀਆਈ ਖੇਡਾਂ ਕਦੋਂ ਹੋਈਆਂ ਸੀਗੀਆਂ ਬਹੁਤ ਸਿੰਪਲ ਕੁਐਸਚਨ ਪਹਿਲੀ ਏਸ਼ੀਆਈ ਖੇਡਾਂ ਕਦੋਂ ਹੋਈਆਂ ਸੀਗੀਆਂ ਤਾਂ ਪਹਿਲੀ ਏਸ਼ੀਆਈ ਖੇਡਾਂ ਹੋਈਆਂ ਸੀ ਬੱਚੇ 1951 ਵਿੱਚ ਇੱਕ ਸਵਾਲ ਰਹਿ ਗਿਆ ਮੈਂ ਭੁੱਲ ਨਾ ਜਾਵਾਂ ਤਾਂ ਮੈਸਕੋਟ ਸੀਗੇ ਇਹਦੇ ਇਹ ਜਿਹੜੇ ਸਾਈਡ ਤੇ ਦੇਖ ਰਹੋ ਕਾਰਟੂਨ ਜਿਹੇ ਬਣੇ ਹੋਏ ਇਹ ਇਸ ਵਾਰ ਦੇ ਏਸ਼ੀਆਈ ਖੇਡਾਂ ਦੇ ਮੈਸਕੋਟ ਨੇ ਇਹਨਾਂ ਦੇ ਨਾਂ ਕੀ ਹੈ ਚੈਨ ਚੈਨ ਕੋਂਗ ਕੋਂਗ ਤੇ ਲੀਆਨ ਲੀਆਨ ਇਹ ਇਸ ਵਾਰ ਦੇ ਮੈਸਕੋਟਸ ਨੇ ਗੱਲ ਰੱਖਣੀ ਹੈ ਧਿਆਨ ਵੈਰੀ 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 ਇੰਪੋਰਟੈਂਟ ਅਗਲਾ ਤਾਂ ਇਹ ਦੇਖੋ ਜੀ ਪਹਿਲੀ ਵਾਰ 1951 'ਚ ਨਹਿਰੂ ਚਾਚਾ ਨਹਿਰੂ ਰੀਬਨ ਕੱਟਦੇ ਹੋਏ ਆਓ ਅਗਲਾ 1951 ਵੀ ਜਦੋਂ ਪਹਿਲੀ ਵਾਰ ਭਾਰਤ ਖੇਡਿਆ ਤੇ ਭਾਰਤ ਵਿੱਚ ਖੇਡਾਂ ਹੋਈਆਂ ਭਾਰਤ ਨੇ ਟੋਟਲ ਕਿੰਨੇ ਮੈਡਲ ਜਿੱਤੇ ਇਸ ਵਾਰ 107 ਜਿੱਤੇ ਨੇ ਅਸੀਂ ਪਹਿਲੀ ਵਾਰ ਕਿੰਨੇ ਜਿੱਤੇ ਸੀਗੇ ਇਸ ਵਾਰ 107 ਜਿੱਤੇ ਨੇ ਅਸੀਂ ਪਹਿਲੀ ਵਾਰ ਕਿੰਨੇ ਜਿੱਤੇ ਤਾਂ ਪਹਿਲੀ ਵਾਰ ਜਿੱਤੇ ਸੀਗੇ ਓਨਲੀ 51 ਅਗਲਾ ਫੋਕਾ ਹੈ ਨਾ 1951 ਵਿੱਚ ਅਸੀਂ 51 ਮੈਡਲ ਜਿੱਤੇ ਸੀਗੇ ਤੇ ਅਸੀਂ ਕਿੰਨੇਵੇਂ ਨੰਬਰ ਤੇ ਰਹੇ ਸੀਗੇ ਅਸੀਂ ਦੂਜੇ ਨੰਬਰ ਤੇ ਰਹੇ ਸੀਗੇ ਇੰਪੋਰਟੈਂਟ ਚੀਜ਼ ਹੋ ਜੂਗੀ ਅਗਲਾ 19ਵੀਂ ਏਸ਼ੀਆਈ ਖੇਡਾਂ ਵਿੱਚ ਇਹ ਇਹ 8 ਅਕਤੂਬਰ ਨੂੰ ਖਤਮ ਹੋਈਆਂ ਨੇ ਸ਼ੁਰੂ ਕਦੋਂ ਹੋਈਆਂ ਸੀਗੀਆਂ ਅੱਛਾ ਥਾਂ ਦਾ ਨਾਮ ਤਾਂ ਪਤਾ ਹੈ ਨਾ ਲਿਖਿਆ ਦੇਖੋ ਹੰਗਜ਼ੂ ਚੀਨ ਦੇ ਵਿੱਚ ਹੈ ਠੀਕ ਹੈ ਹੰਗਜ਼ੂ ਚਾਈਨਾ ਦੇ ਵਿੱਚ ਤੇ ਇਹ ਸ਼ੁਰੂਆਤ ਹੋਈ ਸੀ ਦੀ 24 ਸਤੰਬਰ ਨੂੰ ਅਗਲਾ ਥੀਮ ਕੀ ਸੀਗੀ ਇਸ ਵਾਰ ਦੀ ਏਸ਼ੀਆਈ ਖੇਡਾਂ ਦੀ ਵੈਰੀ ਇੰਪੋਰਟੈਂਟ ਕੁਐਸਚਨ ਦੇਖੋ ਜੇ ਵਧੀਆ ਲੱਗ ਰਹੀ ਹੋਵੇ ਕਲਾਸ ਕੇ ਹੰਟ ਲੱਗ ਰਹੀ ਹੋਵੇ ਲਾਈਕ ਜ਼ਰੂਰ ਕਰ ਦਿਆ ਕਰੋ ਇੱਕ ਇੱਕ ਇਹੀ ਚੀਜ਼ ਹੈ ਦੇਖੋ ਏਸੀ ਚੀਜ਼ ਦਾ ਮੈਂ ਭੁੱਖਾ ਮੈਂ ਹੈਨਾ ਕਹਿੰਦਾ ਭੁੱਖ ਪਈ ਆ ਹਾਂ ਇਸ ਚੀਜ਼ ਦੀ ਮੈਨੂੰ ਭੁੱਖ ਪਈ ਆ ਲਾਈਕ ਕਰ ਦਿਆ ਕਰੋ ਕਲਾਸ ਨੂੰ ਤੇ 745 ਤੇ ਦੁਬਾਰੇ ਹੱਥ ਜੋੜ ਕੇ ਬੀਂਗਾ ਪੰਜਾਬੀ ਜੇ ਪੰਜਾਬ ਤੋਂ ਹਾਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬੀ ਹੋਣ ਤੇ ਮਾਣ ਹੈ 745 ਵਾਲਾ ਸੈਸ਼ਨ ਜ਼ਰੂਰ ਦੇਖਿਓ ਮਾਣ ਹੋਊਗਾ ਮਹਿਸੂਸ 28 골ਡ ਮੈਡਲ ਨੇ ਪੂਰੇ ਭਾਰਤ ਦੇ 8 ਪੰਜਾਬ ਚ ਆਏ ਨੇ ਦੇਖਿਓ ਜ਼ਰੂਰ ਤਾਂ ਜਵਾਬ ਕੀ ਹੈ ਇਹਦਾ ਇਹਦਾ ਜਵਾਬ ਹੋ ਜਾਂਦਾ ਬੱਚੇ ਟਾਈਡਸ ਸਰਜਿੰਗ ਨੇਸ਼ੀਆ ਅਗਲਾ ਪਹਿਲੀ ਵਾਰ ਦੀ ਗੱਲ ਹੋ ਰਹੀ ਹੈ ਕਹਿੰਦੇ ਜੀ 스ਵੀਮਰ ਨਿਓ ਚਿਵੇ ਕੋਕ ਇਹ ਫਰਸਟ ਐਵਰ ਏਸ਼ੀਆਈ ਖੇਡਾਂ ਦਾ 골ਡ ਮੈਡਲਿਸਟ ਬਣਿਆ ਸੀਗਾ ਯਾਨੀ ਕਿ ਕਦੋਂ ਦੀ ਗੱਲ ਹੋ ਰਹੀ ਹੈ 1951 ਦੇ ਵਿੱਚ ਤਾਂ ਦੱਸੋ ਮੈਨੂੰ ਇਹ ਜਿਹੜਾ ਨਿਓ ਚਵੀ ਕੋਕ ਹੈ ਇਹ ਕਿੱਥੋਂ ਸੀਗਾ ਤਾਂ ਨਿਓ ਚਵੀ ਕੋਕ ਕਿੱਥੋਂ ਸੀਗਾ ਨਿਓ ਚਵੀ ਕੋਕ ਇਸ ਫਰਮ ਸਿੰਗਾਪੁਰ 에 ਰਿਹਾ ਜੀ ਨਿਓ ਚਵੀ ਕੋਕ ਧਿਆਨ ਰੱਖਣੀ ਗੱਲ ਨਿਓ ਚਵੀ ਕੋਕ ਉਦਾਂ ਹੀ ਭਾਰਤ ਵੱਲੋਂ ਪਹਿਲੀ ਵਾਰ 골ਡ ਮੈਡਲ ਆਇਆ ਸੀ ਜਿਹੜਾ ਭਾਰਤ ਵੱਲੋਂ ਪਹਿਲੀ ਵਾਰ ਕੋਈ ਵੀ 골ਡ ਮੈਡਲ ਯਾਨੀ ਕਿ 1951 ਦੀ ਹੀ ਗੱਲ ਹੋ ਰਹੀ ਹੈ ਤਾਂ ਇਹ ਆਇਆ ਸੀਗਾ ਸਚਿਨ 나ਗ ਦਾ ਜਿਹੜਾ 100 ਮੀਟਰ ਫ੍ਰੀ ਸਟਾਈਲ ਕਰਦਾ ਸੀ ਹੁਣ ਫ੍ਰੀ ਸਟਾਈਲ ਕੀ ਕਰਦਾ ਸੀਗਾ ਨੱਚੂਗਾ ਤਾਂ ਹੈ ਨਹੀਂ ਹੈਨਾ ਨੱਚੂਗਾ ਤਾਂ ਹੈ ਨਹੀਂ ਤਾਂ ਇਹਦਾ ਜਵਾਬ ਕੀ ਹੈ ਇਹਦਾ ਹੈ ਜੀ ਸਵੀਮਰ ਸਵੀਮਰ ਤੈਰਾਕ ਸੀਗਾ ਇਹ ਵੀ ਭਾਰਤ ਵੱਲੋਂ ਮਤਲਬ ਭਾਰਤ ਵੱਲੋਂ ਪਹਿਲਾ 골ਡ ਮੈਡਲ সুইਮਿੰਗ ਵਿੱਚ ਹੀ ਆਇਆ ਸੀਗਾ ਕਦੇ ਵੀ ਪਹਿਲਾ ਅਗਲਾ ਇਹ ਰਿਹਾ ਜੀ ਅਗਲਾ ਜੀ ਭਾਰਤ ਨੇ ਪਹਿਲਾ 골ਡ ਆ ਲਓ ਜੀ ਦੁਬਾਰੇ ਤੋਂ ਘੁੰਮ ਕੇ ਸਵਾਲ ਆ ਗਿਆ ਮੈਂ ਕੀ ਕਿਹਾ ਸੀ ਜੇ ਪੁੱਛ ਜਾਵੇ ਸਿਰਫ ਪਹਿਲਾ ਮੈਡਲ ਤਾਂ ਅਸੀਂ ਕੀ ਕਹਾਂਗੇ 10 ਮੀਟਰ 에어 ਰਾਈਫਲ ਟੀਮ ਇਵੈਂਟ ਕੁੜੀਆਂ ਦਾ ਆਇਆ ਸੀਗਾ ਸਿਲਵਰ ਲੇਕਿਨ ਅਸੀਂ ਕਿਹਾ ਜਦੋਂ 골ਡ ਤਾਂ ਜੀ 10 ਮੀਟਰ 에어 ਰਾਈਫਲ ਟੀਮ ਇਵੈਂਟ ਮੁੰਡਿਆਂ ਦਾ ਆਇਆ ਸੀਗਾ ਅਗਲਾ ਭਾਰਤੀ ਕੁੜੀਆਂ ਨੇ ਜਿੱਤ ਲਿਆ ਤੇ ਭਾਰਤ ਨੂੰ 골ਡ ਮੈਡਲ ਦਿਤਾਇਆ ਜੀ ਕ੍ਰਿਕਟ ਦੇ ਵਿੱਚ ਕੁੜੀਆਂ ਨੇ ਕਿਹਨੂੰ ਹਰਾਇਆ ਸੀਗਾ ਹਿੰਟ ਦੇ ਦਿੰਦਾ ਬੱਚੇ 19 ਰਨਾਂ ਤੋਂ 19 ਰਨਾਂ ਤੋਂ ਹੋਰ ਹਿੰਟ ਦੇ ਦੇਣਾ ਭਾਰਤੀ ਮੁੰਡਿਆਂ ਨੇ ਏਸ਼ੀਆ ਕੱਪ 'ਚ ਇਹਨਾਂ ਨੂੰ ਫਾਈਨਲ 'ਚ ਹਰਾਇਆ ਸੀਗਾ 10ਾਂ ਵਿਕਟਾਂ ਤੋਂ ਜਿੱਤ ਗਏ ਸੀਗੇ ਸੀ ਜਵਾਬ ਕੀ ਹੋਜੂ শ্রীলੰਕਾ ਅਗਲਾ 18ਵਾਂ ਐਡੀਸ਼ਨ ਹੁਣ ਪਿਛਲੀ ਵਾਰ ਦੀ ਗੱਲ ਕਰਨੀ ਪੈਣੀ ਤਾਂ 18ਵਾਂ ਐਡੀਸ਼ਨ ਕਿੱਥੇ ਹੋਇਆ ਸੀਗਾ 18th ਐਡੀਸ਼ਨ ਏਸ਼ੀਅਨ ਗੇਮਸ ਦਾ ਕਿੱਥੇ ਹੋਇਆ ਸੀਗਾ ਲੇਟ ਹੋ ਰਹੇ ਆ ਬੱਚਾ ਕਹਿ ਰਿਹਾ ਲੇਟ ਹੋ ਰਹੇ ਆ ਸਰ ਕਿੱਥੇ ਜਾਣਾ ਕਾਲੀ ਹੈ ਤਾਂ ਜਵਾਬ ਹੋ ਜਾਂਦਾ ਬੱਚੇ ਕੀ ਜਕਾਰਤਾ ਤੇ ਪਲਿੰਬੰਗ ਇਹ ਦੋਨੇ ਥਾਂ ਕਿੱਥੇ ਪੈਂਦੀਆਂ ਨੇ ਇਹ ਪੈਂਦੀਆਂ ਨੇ ਬੱਚੇ ਇੰਡੋਨੇਸ਼ੀਆ ਦੇ ਵਿੱਚ ਇਹ ਦੋਨੇ ਥਾਵਾਂ ਪੈਂਦੀਆਂ ਨੇ ਬੱਚੇ ਇੰਡੋਨੇਸ਼ੀਆ ਵਿੱਚ ਪੈਂਦੀਆਂ ਨੇ ਇੰਪੋਰਟੈਂਟ ਅਗਲਾ ਤਾਂ ਆ ਵੇਖੋ ਪਿਛਲੇ ਪਾਰ ਦਾ ਅਗਲਾ ਤਾਂ ਜੀ ਇੱਕ ਵਾਰ ਦੁਬਾਰੇ ਤੋਂ ਰਿਮਾਈਂਡ ਕਰ ਰਹਾ ਕਲਾਸ ਖਤਮ ਨਹੀਂ ਹੋਈ ਹਜੇ ਪਈਏ ਹਜੇ ਇੱਕ ਵਾਰ ਦੁਬਾਰੇ ਤੋਂ ਬੱਚੇ ਪੰਜਾਬ ਦਾ ਮਹਾਪੈਕ ਇੱਕ ਦੀ ਥਾਂ ਦੋ ਸਾਲਾਂ ਦਾ ਮਿਲ ਰਹਾ ਤੇ 2023 ਨਹੀਂ 1936 ਦਾ ਮਿਲ ਰਹਾ ਹੈ ਵੀਡੀਓ ਕਾਲ ਤੇ ਗਾਈਡੈਂਸ ਕਲਾਸ ਸਿਲੈਕਟਡ ਮੈਂਟਰਸ਼ਿਪ A ਟੂ Z ਚੀਜ਼ਾਂ ਲਈ ਵਾਇ 383 ਲਾਣਾ ਨਾ ਭੁੱਲਿਓ ਨਹੀਂ ਤਾਂ ਮਤਲਬ ਨਹੀਂ ਤਾਂ ਕੁਝ ਨਹੀਂ ਹੈ ਭਾਈ ਤਿਆਰੀ ਤਾਂ ਸਾਰੇ ਕਰ ਹੀ ਰਹੇ ਨੇ ਹੈਨਾ ਥੱਕ ਗਿਆ ਯਾਰੇ ਮੈਂ ਵਿਚਾਲੇ ਵਿਚਾਲੇ ਤਾਂ ਲਾ ਦੇਣਾ ਤਾਂ ਕਿ ਮੈਨੂੰ ਸਾਹ ਮਿਲ ਜਾਵੇ ਥੋੜੀ ਜੀ ਹੋਰ ਕੁਝ ਨਹੀਂ ਚਲੋ ਚੱਲਦੇ ਆ ਅੱਗੇ ਭਾਰਤ ਦੀ ਰੈਂਕ ਪਿਛਲੀ ਖੇਡਾਂ ਵਿੱਚ ਕੀ ਸੀਗੀ ਤਾਂ ਇਹ ਪੁੱਛਿਆ ਜਾਂਦਾ ਹੈ ਜਿੱਦਾਂ ਕਿ ਇਸ ਵਾਰ ਪਤਾ ਨਹੀਂ ਕਿਹੜੇ ਪੇਪਰ 'ਚ ਆਇਆ ਸੀਗਾ ਕਿ ਪਿਛਲਾ ਫੁੱਟਬਾਲ ਵਰਲਡ ਕੱਪ ਕਿੱਥੇ ਹੋਇਆ ਸੀ ਹਜੇ ਖਤਮ ਨਹੀਂ ਹੋਇਆ ਸੁਣਦੇ ਨਹੀਂ ਤੁਸੀਂ ਇਹ ਤਾਂ ਬਸ ਮਸਾਂ ਲਈ ਪਲਾ ਦੇਣਾ ਹੁੰਦਾ ਵੀ ਮੈਨੂੰ ਥੋੜਾ ਜਿਹਾ ਸਾਹ ਮਿਲ ਜਾਵੇ એનર્ਜੀ ਲੱਗਦੀ ਯਾਰ ਚੀਕਦੇ ਹੋਏ ਜਵਾਬ ਹੈ ਜੀ ਭਾਰਤ ਸੀਗਾ ਇੱਥੇ 8ਵੇਂ ਨੰਬਰ ਤੇ ਬੜੀ ਖਰਾਬ ਪਰਫਾਰਮੈਂਸ ਸੀਗੀ ਚੀਨ ਜਾਪਾਨ ਕੋਰੀਆ ਇੰਡੋਨੇਸ਼ੀਆ ਉਜ਼ਬੇਕਿਸਤਾਨ ਈਰਾਨ ਤਾਈਵਾਨ ਤੋਂ ਬਾਅਦ ਸੀਗੇ ਇਸ ਵਾਰ ਅਸੀਂ ਠਾ 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 ਕਰਤਾ ਬਟ ਇਹ 1 2 3 ਇਹ ਹਜੇ ਵੀ ਬਣੇ ਹੋਏ ਨੇ ਹਜੇ ਵੀ ਬਣੇ ਹੋਏ ਨੇ 1 2 3 ਅਗਲਾਓ ਕਿੰਨੇ ਖੇਡਾਂ ਨੂੰ ਪਹਿਲੀ ਵਾਰ ਇਸ ਵਾਰ ਏਸ਼ੀਅਨ ਗੇਮਸ 'ਚ ਖੜਾਇਆ ਗਿਆ ਇਸ ਵਾਰ ਏਸ਼ੀਅਨ ਗੇਮਸ ਜਿਹੜੀਆਂ ਹੋਈਆਂ ਕਿੱਥੇ ਖੜਾਇਆ ਗਿਆ ਸ਼ਾਬਾਸ਼ 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 ਪਹਿਲੀ ਵਾਰ ਕਿਹੜੇ-ਕਿਹੜੇ ਖੇਡ ਖੜਾਏ ਗਏ ਇੱਕ ਤਾਂ ਮੈਂ ਦੱਸਦਾ ਤੁਹਾਨੂੰ ਐ ਕਰਕੇ ਇੱਕ ਤਾਂ ਕ੍ਰਿਕਟ ਖੜਾਇਆ ਗਿਆ ਨਹੀਂ ਕ੍ਰਿਕਟ ਨਹੀਂ ਖੜਾਇਆ ਗਿਆ ਇੱਕ ਵਾਰ ਦੋ ਖੇਡ ਖੜਾਏ ਗਏ ਕਿਹੜੇ ਕਿਹੜੇ ਮੈਂ ਦੱਸਿਆ ਤੁਹਾਨੂੰ ਇੱਕ ਈ-ਸਪੋਰਟਸ ਆਨਲਾਈਨ ਗੇਮਿੰਗ ਤੇ ਬ੍ਰੇਕ ਡਾਂਸਿੰਗ ਖੜਾਏ ਗਏ ਵੈਰੀ ਵੈਰੀ ਇੰਪੋਰਟੈਂਟ ਅਗਲਾ ਆਜੋ ਕਿੰਨੇ ਖੇਡਾਂ ਨੇ ਰਿਟਰਨ ਕੀਤਾ ਮਤਲਬ ਕਿ ਦੁਬਾਰੇ ਤੋਂ ਆਏ ਨੇ ਕਿੰਨੇ ਖੇਡ ਦੁਬਾਰੇ ਤੋਂ ਖੇਡੇ ਗਏ ਨੇ ਤਾਂ ਉਹਦੇ ਵਿੱਚ ਇੱਕ ਸੀਗਾ ਕ੍ਰਿਕਟ ਕ੍ਰਿਕਟ ਨੂੰ ਪਿਛਲੀ ਵਾਰ 2018 ਚ ਹਟਾਤਾ ਸੀਗਾ ਪਤਾ ਨਹੀਂ ਕਿਉਂ ਹਟਾਇਆ ਸੀਗਾ ਬਸ ਹਟਾਤਾ ਸੀਗਾ ਲੈ ਕੇ ਤਾਂ ਇੱਕ ਕ੍ਰਿਕਟ ਤੇ ਇੱਕ ਚੈਸ ਦਾ ਜਿਹੜਾ ਖੇਡ ਹੈ ਇਹਨਾਂ ਨੇ ਵਾਪਸੀ ਕੀਤੀ ਹੈ ਇਸ ਵਾਰ ਤੇ ਭਾਰਤ ਦੋਨੇ ਲੁੱਟ ਕੇ ਲੈ ਗਿਆ ਅਗਲਾ ਕ੍ਰਿਕਟ ਔਰ ਚੈਸ ਤਾਂ ਨਹੀਂ ਇੰਡੀਆ ਨੇ 골ਡ ਮੈਡਲ ਜਿੱਤਿਆ ਇਕਵਿਸਟਰੀਅਨ ਡ੍ਰਸਾਜ ਇਵੈਂਟ ਦੇ ਵਿੱਚ ਤਾਂ ਪਹਿਲੀ ਵਾਰ ਹੋਇਆ ਲੋਕਾਂ ਨੂੰ ਅੱdte ਪਤਾ ਵੀ ਨਹੀਂ ਹੁੰਦਾ ਕੀ ਹੈ ਘੋੜੇ ਉੱਤੇ ਨਾ ਘੋੜੇ ਨੂੰ ਬਸ ਮਟਕ ਮਟਕ ਕੇ ਚੱਲਣਾ ਸਿਖਾਇਆ ਜਾਂਦਾ ਮਟਕ ਮਟਕ ਕੇ ਘੋੜਾ ਤੁਰਦਾ ਸੋਹਣਾ ਲੱਗਦਾ ਤੁਰਦਾ ਹੋਇਆ ਤਾਂ ਚਾਰ ਬੰਦਿਆਂ ਦੀ ਟੀਮ ਸੀਗੀ ਭਾਰਤ ਦਾ 골ਡ ਆ ਚਾਈਨਾ ਦਾ ਸਿਲਵਰ ਹਾਂਗਕਾਂਗ ਦਾ ਬ੍ਰੌਂਜ਼ ਅਗਲਾ ਲਓ ਵੀ ਪੰਜਾਬ ਦੀ ਧੀ ਦੀ ਗੱਲ ਹੋ ਰਹੀ ਹੈ ਸਿਫਤ ਕੌਰ ਸਮਰਾ ਨੇ 골ਡ ਮੈਡਲ ਜਿੱਤਿਆ 50 ਮੀਟਰ 3P ਟਾਈਟਲ ਦੇ ਵਿੱਚ ਤੇ ਫਿਰ ਸਿਫਤ ਕੌਰ ਸਮਰਾ ਨੇ ਸਿਲਵਰ ਵੀ ਜਿੱਤਿਆ ਸੀਗਾ ਇਹੀ 50 ਮੀਟਰ 3P ਦੇ ਟੀਮ ਇਵੈਂਟ ਦੇ ਵਿੱਚ ਤਾਂ ਕਿੱਥੋਂ ਬਿਲੋਂਗ ਕਰਦੀ ਹੈ ਫਰੀਦਕੋਟ ਤੋਂ ਤਾਂ ਇਹ ਰਹੇ ਜੀ ਸਾਰੇ 골ਡ ਮੈਡਲ ਕੀ ਕਿ ਹਮੇ ਸਾਰੇ 골ਡ ਮੈਡਲ ਸਾਰੇ ਮੈਡਲ ਨਹੀਂ ਹੈ ਹੈ ابھی ਤਾਂ ਯਾਰ ਉਹਨਾਂ ਨੇ ਲੇਟ ਉਸਕੋ ਬੋਲ ਉਸਨੇ ਸਟੂਡੀਓ ਗਲਤ ਦਿਆ ਵਾ ਮੈਨੂੰ ਕਹਿੰਦੇ ਬਾਹਰ ਆ ਜਾ ਮੈਂ ਐ ਕਿਵੇਂ ਆ ਜਾਊਗਾ ਆਪਾਂ ਨਬੜ ਕੇ ਜਾਉਂਗੇ ਤਾਂ ਜਿੰਨੇ ਵੀ 골ਡ ਮੈਡਲ ਸੀਗੇ ਹਾਊ ਮੈਨੀ 골ਡ ਮੈਡਲ ਆਪਾਂ ਗੱਲ ਕੀਤੀ 28 골ਡ ਮੈਡਲ ਸੀਗੇ ਤਾਂ ਜੀ ਇਹ ਰਹੇ ਜੀ ਸਾਰੇ ਰੀਡਿੰਗ ਕਰਨੀ ਪੈਣੀ ਇੱਕ ਵਾਰ ਦੇਖੋ ਅੱਖਾਂ ਦੇ ਮੂਰਦੀ ਲੰਘਾਣਾ ਪੈਣਾ ਕੁਐਸਚਨ ਆਨਸਰ ਮੈਂ ਕਰਾਤੇ ਉਹਨਾਂ ਨੂੰ ਕਰ ਲਿਓ ਤੇ ਇੱਕ ਵਾਰ ਇਹਦੀ ਰੀਡਿੰਗ ਜ਼ਰੂਰ ਕਰ ਲਿਓ ਦੇਖ ਸਕਦੇ ਹੋ ਆਪਣੇ ਆਪ ਇੱਕ ਵਾਰ ਤਾ ਔਖਾ ਮੈਨੂੰ ਪਤਾ ਬਿਲਕੁਲ ਔਖਾ ਜੀ ਤਾਂ ਬਟ ਕਰਨਾ ਤਾਂ ਪੈਣਾ ਕੀ ਕਰ ਸਕਦੇ ਆ ਮੈਂ ਪੰਜਾਬੀਆਂ ਦੇ ਨਾਮ ਦੱਸਦਾ ਵਾਂ ਪ੍ਰਨੀਤ ਕੌਰ ਇਹਨਾਂ ਸੋਚੋ ਕਹਿੰਦੇ ਸਰ ਕੌਰ ਲੱਗੇ ਤਾਂ ਪੰਜਾਬੀ ਹੋਗੀ ਐ ਨਹੀਂ ਹੁੰਦਾ ਪੰਜਾਬ ਤੋਂ ਹੋਗੀ ਹੈਨਾ ਇਹ ਆ ਗਿਆ ਥੱਲੇ ਤਜਿੰਦਰਪਾਲ ਸਿੰਘ ਤੂਰ ਅੱਗੇ ਚੱਲਦੇ ਆਪਾਂ ਫੇਰ ਇੱਧਰ ਕ੍ਰਿਕਟ 'ਚ ਆਪਾਂ ਦੋਨਾਂ 'ਚ ਸਾਡੇ ਮੁੰਡੇ ਤੇ ਸਾਡੀ ਕੁੜੀਆਂ ਨੇ ਹਰਮਨਪ੍ਰੀਤ ਕੌਰ ਅਰਸ਼ਦੀਪ ਸਿੰਘ ਹੁਣੀ ਹੈਨਾ ਫੇਰ ਆਪਾਂ ਅੱਗੇ ਚਲੀਏ ਤਾਂ ਅਰਜੁਨ ਸਿੰਘ ਚੀਮਾ ਆ ਗਿਆ ਮੁੰਡਾ ਆਪਣਾ ਠੀਕ ਹੈ ਜੀ ਇਹ ਹੋ ਗਏ ਫੇਰ ਅੱਗੇ ਜਾ ਕੇ ਆਪਣੇ ਕੋਲ ਜ਼ੁਰਾਵਰ ਸਿੰਘ ਸੰਧੂ ਭਾਜੀ ਆ ਗਏ ਆਪਣੇ ਕੋਲ ਸਿਫਤਕੌਰ ਸਮਰਾ ਆ ਗਈ ਆਪਣੇ ਕੋਲ ਤੇ ਹਰਿੰਦਰਪਾਲ ਸਿੰਘ ਸੰਧੂ ਇਹ ਚੰਡੀਗੜ੍ਹ ਤੋਂ ਦਾ ਮੁੰਡਾ ਵੈਸੇ ਪੰਜਾਬ ਦਾ ਤੁਸੀਂ ਕਨਸੀਡਰ ਕਰਨਾ ਚਾਹੁੰਦੇ ਹੋ ਥਰਡ ਚੋਇਸ ਇਜ਼ ਯੋਰ ਵੈਸੇ ਚੰਡੀਗੜ੍ਹ ਲਿਖ ਦੇ ਨੇ ਇਹ ਲੋਕੀ ਨਾ ਇਹ ਸਾਰਾ ਠੀਕ ਹੈ ਜੀ ਤਾਂ ਇਹਨਾਂ ਨੇ ਤਾਂ ਆਪਣੇ ਦੇਖੋ ਆਪਣਾ ਨਾਮ ਰੋਸ਼ਨ ਕਰਤਾ ਹੈ ਨਾ ਆਪਣਾ ਕਰਤਾ ਆਪਣੇ ਘਰਦਿਆਂ ਦਾ ਕਰਤਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਕਰਤਾ ਪੰਜਾਬ ਦਾ ਕਰਤਾ ਥੋੜਾ ਕਦੋਂ ਨਾਮ ਆਊਗਾ ਆਪਣਾ ਖਰਕ ਅਸੀਂ ਕੀ ਕਰਾਂਗੇ ਤੁਹਾਡੇ ਆਪਣੇ ਆਪਣੇ ਫੀਲਡ ਚ ਨਾ ਯਾਰ ਕੋਈ ਸਿੰਗਰ ਹੁੰਦਾ ਹੈ ਕੋਈ ਡਾਂਸਰ ਹੁੰਦਾ ਹੈ ਕੋਈ ਖੇਡਦਾ ਹੈ ਕੋਈ ਕੁਝ ਖੇਡਦਾ ਹੈ ਤੁਹਾਡਾ ਕੰਮ ਕੀ ਤੁਹਾਡਾ ਕੰਮ ਪੜਾਈ ਹੈ ਤਾਂ ਉਸ ਪੜਾਈ ਦੇ ਵਿੱਚ ਆਪਣਾ ਨਾਮ ਰੌਸ਼ਨ ਕਰੋ ਆਪਣਾ ਘਰਦਿਆਂ ਦਾ ਨਾਮ ਰੌਸ਼ਨ ਕਰੋ ਉਹ ਅੰਦਰੋਂ ਹੀ ਆਊਗਾ ਇਹ ਨਾ ਸੋਚੋ ਕਿ ਪਹਿਲੀ ਵਾਰ ਤ੍ਰਿੰਦਰਪਾਲ ਭਾਜੀ ਆਏ ਕਹਿੰਦੇ ਲੈ ਵੀ 골ਡ ਤੇ 골ਡ ਤੇ 골ਡ ਮਿਹਨਤ ਹੁੰਦੀ ਹੈ ਬਹੁਤ ਇੰਜਰੀ ਵੀ ਹੋ ਜਾਂਦੀ ਹੈ ਕਿੰਨੇ ਕਿੰਨੇ ਸਾਲ ਛੱਡਣਾ ਵੀ ਪੈਂਦਾ ਆਪਰੇਸ਼ਨ ਹੋ ਜਾਂਦੇ ਨੇ ਰੱਬ ਕਰੇ ਨਾ ਹੋਵੇ ਰੱਬ ਕਰੇ ਵਧੀਆ ਤੂਰ ਭਾਜੀ ਦਾ ਨਹੀਂ ਹੋਇਆ ਕੁਝ ਮੈਂ ਇਹੀ ਟੱਚਪੁਆਇੰਟ ਯਾਰ ਡਰ ਲੱਗਦਾ ਉਹੀ ਗੱਲ ਹੈ ਬਹੁਤ ਅੜਚਣਾ ਹੁੰਦੀਆਂ ਨੇ ਲੇਕਿਨ ਅੜਚਣਾ ਤੋਂ ਨਾ ਉੱਤੇ ਛਾਲ ਮਾਰ ਕੇ ਨਿਕਲਣਾ ਪੈਣਾ ਹੈ ਕਿਉਂਕਿ ਕਰਨਾ ਕਿਨੇ ਆ ਕਰਨਾ ਤੁਸੀਂ ਹੈ ਇਹ ਨਹੀਂ ਕੋਈ ਪੜੋਸੀ ਆ ਕੇ ਨਹੀਂ ਦੱਸੂਗਾ ਆ ਬਈ ਬਲਵਿੰਦਰ ਤੇਰਾ ਪੇਪਰ ਮੈਂ ਕਰ ਦੂੰ ਤੇ ਮੈਂ ਪੇਪਰ ਕਰ ਦਿੱਤਾ ਨੌਕਰੀ ਤੂੰ ਲੈ ਲਿਓ ਐਦਾਂ ਨਹੀਂ ਹੁੰਦਾ ਨਾ ਮੌਕੇ ਬਹੁਤ ਨੇ ਮੌਕਿਆਂ ਦੀ ਘਾਟ ਨਹੀਂ ਹੈ ਜੇ ਤੁਸੀਂ ਹੁਣ ਕਹਿੰਦੇ ਸਰਕਾਰ ਦੇ ਵੇਲੇ ਵੀ ਕਿ ਮੌਕਿਆਂ ਦੀ ਘਾਟ ਆ ਫੇਰ ਤਾਂ ਜੀ ਸਸਰੀ ਕਾਲੀ ਆ ਦੇਖੋ ਜੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਕਿਉਂਕਿ ਜਿੰਨੀਆਂ ਨੌਕਰੀਆਂ ਸਰਕਾਰ ਨੇ 1.5 ਸਾਲ ਚ ਦੇ ਦਿੱਤੀਆਂ ਜਨਵਰੀ 2022 ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਆਇਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਇਹਦੀ ਤਿਆਰੀ ਅਸੀਂ ਕਰਵਾ ਸਕਦੇ ਹਾਂ ਬਸ ਠੀਕ ਹੈ ਗਾਈਡੈਂਸ ਹੋਵੇ ਕਲਾਸ ਹੋਵੇ ਟੈਸਟ ਸੀਰੀਜ਼ ਕ੍ਰੈਸ਼ ਕੋ ਜਿਹੜੀ ਚੀਜ਼ ਤੁਹਾਨੂੰ ਲੋੜ ਹੈ ਕਿ ਸਰ ਪੇਪਰ ਪਾਸ ਕਰਨ ਲਈ ਇਹ ਚੀਜ਼ ਚਾਹੀਦੀ ਆ ਉਹ ਅਸੀਂ ਪ੍ਰੋਵਾਈਡ ਕਰਾ ਦੋਗੇ ਹੁਣ ਇਹਨਾਂ ਸਭ ਨਾਲ ਤੁਹਾਨੂੰ ਸਭ ਤੋਂ ਵਧੀਆ ਚੀਜ਼ ਜਿਹੜੀ ਹੈ ਉਹ ਹੈ ਵੀਡੀਓ ਕਾਲ ਤੇ ਗਾਈਡੈਂਸ ਕਲਾਸ ਕਿਉਂਕਿ ਅਕਸਰ ਬੱਚੇ ਸਾਡੇ ਨਾਲ ਕਨੈਕਟ ਨਹੀਂ ਕਰ ਪਾਉਂਦੇ ਮੁੰਡੇ ਦਾ ਮੈਂ ਮੈਸੇਜ ਦੇਖ ਰਿਹਾ ਕਿ ਸਰ 1 ਟੂ 1 ਗੱਲ ਕਰਨੀ ਕਿੱਦਾਂ ਕਰੀ ਹੁਣ ਬੱਚੇ ਮੈਨੂੰ ਇੰਸਟਾ ਤੇ ਮੈਸੇਜ ਕਰ ਦਿੰਦੇ ਨੇ ਟੈਲੀਗ੍ਰਾਮ ਤੇ ਕਰ ਦਿੰਦੇ ਨੇ ਲੇਕਿਨ ਬਹੁ ਤੇ ਮੈਂ ਮੇਰੇ ਨਾਲ ਨਾਲ ਕੱਲੀ ਮੈਰੀ ਨਹੀਂ ਐ ਪੰਜਾਬ ਜੀਕੇ ਦੇ ਫਤੇ ਸਰ ਜੀਕੇ ਦੇ ਮਨੋਟ ਸਰ ਮੈਂ ਦੇ ਅੰਕੁਰ ਸਰ ਰੀਜ਼ਨਿੰਗ ਦੇ ਮਹਿੰਦਰ ਸਰ ਜੀਕੇ ਦੇ ਰਾਜ ਸਰ ਉਹਨਾਂ ਨਾਲ ਵੀ ਤੁਹਾਡੀ ਵੀਡੀਓ ਕਾਲ ਤੇ ਗਾਈਡੈਂਸ ਹੋ ਜੂਗੀ ਕਿਦਾਂ Y383 ਲਾ ਕੇ ਤੇ ਉਹ ਤੋਂ ਵੀ ਸੋਨੇ ਤੇ ਸੁਹਾਗਾ ਤੁਹਾਡਾ ਹੋ ਜੂ ਜਦੋਂ ਤੁਹਾਨੂੰ ਸਿਲੈਕਟਡ ਸਟੂਡੈਂਟ ਤੋਂ ਮੈਂਟਰਸ਼ਿਪ ਮੈਂ ਕਰਾਉਂਗਾ ਬੱਚਾ ਤਾਂ ਪੁੱਛ ਸਕਦੇ ਬੱਚਿਓ ਹੱਥ ਖੜਾ ਕਰੋ ਇੱਕ ਵਾਰ ਕਿਹੜਾ ਟੀਚਰ ਤੁਹਾਨੂੰ ਸਿਲੈਕਟਡ ਠੁੰਡਣ ਤੋਂ ਮੈਂਟਰਸ਼ਿਪ ਕਰਵਾਉਂਦਾ ਹੈ ਹੱਥ ਖੜਾ ਕਰਕੇ ਦੇਖੋ ਦੂਜਿਆਂ ਨੂੰ ਦੱਸਣਾ ਜ਼ਰੂਰੀ ਹੈ ਮੈਂ ਹੀ ਕਰਵਾਉਣਾ ਹਾਂਦਾ ਇਹ ਤਾਂ ਇੱਕ ਮੁੰਡਾ ਜੀ ਆਪਣਾ ਪਵਨਦੀਪ ਸਿੰਘ ਬਹੁਤ ਪਿਆਰਾ ਹੈ ਦੇ ਨਾਲ ਹੋਰ ਵੀ ਖਾਸੇ ਬੱਚੇ ਨੇ ਹਰ 2-3 ਹਫ਼ਤੇ ਬਾਅਦ ਇਹਨਾਂ ਨਾਲ ਗੱਲਬਾਤ ਕਰਾ ਦਿਆ ਕਰੂਗਾ ਕਿ ਲਓ ਇਹਨਾਂ ਤੋਂ ਪੁੱਛੋ ਐਕਸਪੀਰੀਅੰਸ ਬੰਦੇ ਜਿਹੜੇ ਹੁਣੇ-ਹੁਣੇ ਪੇਪਰ ਪਾਸ ਕਰਕੇ ਹਟੇ ਨੇ ਇਹ ਤੋਂ ਇਲਾਵਾ ਜਿਨੇ ਵੀ ਪੇਪਰ ਆਣਗੇ ਬੱਚੇ ਉਹਨਾਂ ਦੀ ਲਾਈਵ ਕਲਾਸਾਂ ਜਿਨੇ ਵੀ ਜਾ ਚੁੱਕੇ ਪੇਪਰ ਪਟਵਾਰੀ ਐਕਸਾਈਜ਼ ਸਭ ਇੰਸਪੈਕਟਰ ਵਰਗੇ ਉਹਨਾਂ ਦੀ ਰਿਕਾਰਡਡ ਫਿਰ ਕਦੇ ਪੀਡੀਐਫ ਹੋ ਈ-ਬੁੱਕ ਟੈਸਟ ਸੀਰੀਜ਼ ਕ੍ਰੈਸ਼ ਕੋਰ ਰਿਵੀਜ਼ਨ ਬੈਚ ਮੌਕ ਟੈਸਟ ਕੁਝ ਵੀ ਹੋਵੇ फाउंडेशन ਵੈੱਟ ਕੇ ਸਭ ਮਿਲੂਗਾ ਤੁਹਾਨੂੰ ਪੰਜਾਬ ਦੇ ਮਹਾਪੈਕ ਚ ਲੇਕਿਨ 1 ਸਾਲੇ 3219 ਚ ਲੇਕਿਨ ਜੇ ਅੱਜ ਅਨਰੋਲ ਕਰਦੇ ਹੋ ਤਾਂ ਇੱਕ ਹੋ ਜਾਂਦਾ ਇਹ 2 ਤੇ 3219 2023 ਨਹੀਂ ਜੀ 2023 ਵੀ ਨਹੀਂ ਅਸੀਂ ਹੋਰ ਘਟ ਕਰਾਂਗੇ 1936 ਚ ਕਿਦਾਂ Y383 Y383 ਲਾ ਕੇ ਦੇਖੋ ਕੋਡ ਬਹੁਤ ਸਾਰੇ ਨੇ ਬਹੁਤ ਸਾਰੇ ਕੋਡ ਨੇ ਬਸ ਇੱਕ ਕੋਡ ਨਾਲ ਤੁਸੀਂ ਮੇਰੇ ਨਾਲ ਜੁੜ ਜਾਂਦੇ ਹੋ ਇਹ ਕੋਡ ਲਾ ਕੇ ਤੁਹਾਨੂੰ ਮੇਰੇ ਨਾਲ ਨਾਲ ਸਾਰੀਆਂ ਫੈਕਲਟੀਜ਼ ਦੀ ਗਾਈਡੈਂਸ ਕਲਾਸ ਮਿਲ ਜਾਂਦੀ ਹੈ। ਮੈਂ ਟੀਮ ਨਾਲ ਗੱਲ ਕੀਤੀ ਹੋਈ ਹੈ। ਵੀ ਜਿਨੇ Y38 ਤੇ ਲਾਇਆ ਉਹਨੂੰ ਹਰ ਫੈਕਲਟੀ ਦੀ ਗਾਈਡੈਂਸ ਕਲਾਸ ਮਿਲੇ। ਤੇ ਇਹ ਲਾ ਕੇ ਤੁਹਾਨੂੰ ਸਪੈਸ਼ਲ ਤਾਂ ਇੱਕ ਚੀਜ਼ ਮਿਲਦੀ ਹੀ ਹੈ ਉਹ ਕਿਹੜੀ ਸਿਲੇਕਟਡ ਸਟੂਡੈਂਟ ਤੋਂ ਮੈਂਟਰਸ਼ਿਪ। ਤਾਂ ਜੇ انرੋਲ ਕਰਨਾ ਹੈ, ਫਤਿਹ ਕਰਨਾ ਚਾਹੁੰਦੇ ਆਪਣਾ ਕਰੀਅਰ ਜਿਹੜਾ ਸੋਚਿਆ ਹੋਇਆ ਹੈ, ਆਪਣਾ ਨਾਂ ਜਿੱਦਾਂ ਪੰਜਾਬੀਆਂ ਨੇ ਕੀਤਾ ਹੈ 745 ਤੇ ਸੈਸ਼ਨ ਆਇਓ, ਉਦਾਂ ਹੀ ਉੱਚਾ ਕਰਨਾ ਹੈ ਤਾਂ ਅੱਜ ਹੀ ਇਹਦੇ ਵਿੱਚ انرੋਲ ਕਰੋ ਤੇ ਆਪਣਾ ਸਰਕਾਰੀ ਨੌਕਰੀ ਦਾ ਸੁਪਨਾ ਪੂਰਾ ਕਰੋ। ਇਹਦਾ ਜਿਹੜਾ ਲਿੰਕ ਹੋਊਗਾ ਮੈਂ ਕਮੈਂਟਾਂ ਚ ਲਾ ਦੂੰਗਾ ਲੇਕਿਨ ਆਪਣੇ ਆਪ ਵੀ ਇੱਕ ਵਾਰ ਦੇਖ ਲਓ ਕਿਦਾਂ ਕਰਨਾ ਦੇਖੋ ਅੱਡਾ 247 ਦੀ ਐਪ ਡਾਊਨਲੋਡ ਕਰ ਲਿਓ ਬੱਚੇ ਪਹਿਲਾਂ ਹੀ ਸਸਤਾ ਮਿਲਦਾ ਉੱਥੇ ਯਾਰ ਘਰ ਵਾਲੇ ਵੀ ਖੁਸ਼ ਹੋਣਗੇ ਬੱਚਾ ਪੈਸੇ ਬਚਾਣ ਲੱਗ ਗਿਆ ਤਾਂ ਕਰਨਾ ਕੀ ਹੈ Google ਤੇ ਜਾ ਕੇ ਸਰਚ ਕਰ ਲਿਓ ਪੰਜਾਬ ਮਹਾਪੈਕ ਲੇਕਿਨ ਮੈਂ ਤਾਂ ਕਹਿ ਰਿਹਾ ਬੱਚੇ ਕਮੈਂਟਾਂ ਚ ਮੈਂ ਲਿੰਕ ਲਾ ਦੂੰਗਾ ਫਿਰ ਵੀ ਹਟਦੇ ਨਹੀਂ ਤੁਸੀਂ ਤਾਂ ਐਪ ਡਾਊਨਲੋਡ ਕਰਕੇ ਉਸ ਲਿੰਕ ਤੇ ਕਲਿੱਕ ਕਰਿਓ ਭਾਵੇਂ ਐਦਾਂ ਆ ਕੇ ਇੱਥੇ ਕਲਿੱਕ ਕਰ ਲਿਓ ਪੰਜਾਬ ਮਹਾਪੈਕ ਓਪਨ ਹੋ ਜਾਏ ਕਿੰਨੀਆਂ ਟੈਸਟ ਸੀਰੀਜ਼ ਕਿੰਨੀਆਂ ਕਿਤਾਬਾਂ ਕਿੰਨੀਆਂ ਵੀਡੀਓ ਤੇ ਕਿਹੜੀਆਂ ਨੇ ਜਿਹੜੇ ਪੁਰਾਣੇ ਪੇਪਰ ਹੋ ਚੁੱਕੇ ਨੇ ਸਾਰਾ ਰਿਕਾਰਡਡ ਮਿਲੂ ਹੁਣ ਇੱਥੇ ਜੇ ਰੇਟ ਤੇ ਤੁਸੀਂ ਨਿਗਾਹ ਮਾਰੋ ਕਦੇ 8700 ਕਦੇ 2200 ਸਾਨੂੰ ਕੀ ਚਾਹੀਦਾ ਸਿਲੇਕਟਿਵ ਸਟੂਡੈਂਟ ਤੋਂ 멘ਟਰਸ਼ਿਪ ਵੀਡੀਓ ਕਾਲ ਤੇ ਗਾਈਡੈਂਸ ਤੁਹਾਨੂੰ ਕਰਨਾ ਕੀ ਹੈ ਕੁਝ ਨਹੀਂ ਸੋਚਣਾ ਬਾਏ ਨੌ ਤੇ ਜਾਣਾ ਹੈ ਤੇ ਵਾਏ 383 ਵਾਏ 383 ਇਹ ਲਾ ਦੇਣਾ ਕੀ ਲਾ ਦੇਣਾ ਵਾਏ 383 ਵਾਏ 383 ਲਾ ਦੇਣਾ ਇਹ ਲੱਗਦੇ ਆ ਹੀ ਜੇ ਤਾਂ ਵੈਬਸਾਈਟ ਤੇ ਉਹ ਹਜੇ ਵੀ ਮੇਰੀ ਗੱਲ ਤੁਸੀਂ ਨਹੀਂ ਸੁਣੀ ਕਿ ਸਰ ਐਪ ਡਾਊਨਲੋਡ ਕਰ ਲਿਓ ਤਾਂ ਇੰਨੇ ਦਾ ਮਿਲੂਗਾ ਲੇਕਿਨ ਉਹੀ ਗੱਲ ਅਸੀਂ ਪੈਸੇ ਬਚਾਣੇ ਨੇ ਅਸੀਂ ਐਪ ਤੇ ਜਾਵਾਂਗੇ ਉੱਥੇ ਪੰਜਾਬ ਮਹਾਪੇਖ ਸਰਚ ਕਰਾਂਗੇ ਉੱਥੇ Y383 Y383 ਦੇ ਨਾਲ ਕੌਇਨਸ ਯਾਨੀ ਸਿੱਕੇ ਵਰਤਾਂਗੇ ਤੇ ਇਹੀ ਚੀਜ਼ ਸਾਨੂੰ ਪੈਜੂ 1936 ਦੀ ਤੇ ਉਹ ਵੀ ਪੂਰੇ 2 ਸਾਲਾਂ ਦੀ ਤੇ ਮਿਲੂਗਾ ਕੀ ਕੁਝ ਬੱਚੇ ਵੀਡੀਓ ਕਾਲ ਤੇ ਗਾਈਡੈਂਸ ਕਲਾਸ ਸਿਲੈਕਟਡ ਸਟੂਡੈਂਟਸ ਨੂੰ ਮੈਂਟਰਸ਼ਿਪ ਭਾਵੇਂ ਫਿਰ ਲਾਈਵ ਕਲਾਸ ਰਿਕਾਰਡਡ ਕਲਾਸ ਟੈਸਟ ਸੀਰੀਜ਼ ਕ੍ਰੈਸ਼ ਕੋਰ ਜਿਹੜੀ ਚੀਜ਼ ਤੁਹਾਨੂੰ ਮਿਲੂਗੀ ਜਿਹੜੀ ਤੁਸੀਂ ਚਾਹੁੰਦੇ ਹੋ ਤੁਹਾਡੀ ਸਿਲੈਕਸ਼ਨ ਲਈ ਤੁਹਾਨੂੰ ਹੈਲਪ ਕਰੂਗੀ ਠੀਕ ਹੈ ਬੱਚਿਓ ਆਲ ਦਾ ਬੈਸਟ ਮਿੱਤਰੋ ਸਤਿ ਸ਼ਕਾਲ ਬਾਏ ਬਾਏ